ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਸੰਗ ਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਆ ਅਤੇ ਉਹਨਾਂ ਦੇ ਦੀਵਾਨ ਰੋਕ ਦਿੱਤੇ ਗਏ ਨੇ। ਕਾਫੀ ਜ਼ਿਆਦਾ ਘੁਸਮਾਨ ਪਿਆ ਹੋਇਆ ਪੰਥ ਦੇ ਵਿੱਚ ਇਸ ਮਾਮਲੇ 'ਤੇ। ਪਹਿਲੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸੰਗਤ ਇਸ ਨੂੰ ਕਹਿ ਲਓ ਪੰਥਕ ਮਾਮਲਾ ਨਾ ਸਮਝ ਕੇ ਦੋ ਧਿਰਾਂ ਦਾ ਮਾਮਲਾ ਸਮਝੇ। ਪਹਿਲੀ ਗੱਲ, ਬਹੁਤਾ ਵੱਡਾ ਪੰਥਕ ਮਾਮਲਾ ਨਾ ਸਮਝ ਕੇ ਦੋ ਧਿਰਾਂ ਦਾ ਮਾਮਲਾ ਸਮਝੇ। ਅਸੀਂ ਨਾ ਤਾਂ ਟਕਸਾਲ ਦੇ ਵਿਦਿਆਰਥੀਆਂ ਦੇ ਸਿੱਖ ਹਾਂ, ਨਾ ਅਸੀਂ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਸਿੱਖ ਹਾਂ। ਅਸੀਂ ਕਿਹਦੇ ਸਿੱਖ ਹਾਂ? ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ। ਸੋ ਬੈਲੈਂਸ ਬਣਾਓ। ਟਕਸਾਲ ਵਾਲੇ ਵੀ ਸਾਡੇ ਭਾਈ ਨੇ, ਮੇਰੇ ਭਾਈ ਨੇ ਉਹ ਵੀ, ਅਤੇ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਜੋ, ਉਹ ਵੀ ਮੇਰੇ ਭਾਈ ਨੇ, ਮੇਰੇ ਵੱਡੇ ਵੀਰ ਨੇ, ਸਾਰੇ ਸਤਿਕਾਰਯੋਗ ਨੇ। ਹਰ ਘਰ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਆ, ਮਨ ਮਟਾਓ ਚੱਲਦੇ ਰਹਿੰਦੇ ਨੇ, ਪਰ ਲੜਾਈ ਇਸ ਹੱਦ ਤੱਕ ਨਹੀਂ ਜਾਣੀ ਚਾਹੀਦੀ ਕਿ ਲੋਕ ਤਮਾਸ਼ਾ ਦੇਖਣ। ਅੱਜ ਹਾਲਤ ਇਹ ਹੋ ਚੁੱਕੀ ਆ, ਦੇਖ ਲਓ ਕਿ ਉਹਨਾਂ ਦੇ ਦੀਵਾਨ ਰੋਕੇ ਗਏ ਨੇ। ਜੇ ਮੈਂ ਸਭ ਤੋਂ ਪਹਿਲਾਂ ਟਕਸਾਲੀ ਵੀਰਾਂ ਦੀ ਗੱਲ ਕਰੂੰਗਾ, ਭਰਾਵੋ ਜੇ ਬੰਦੇ ਨੇ 10% ਗੱਲਾਂ ਗਲਤ ਕਰ ਵੀ ਦਿੱਤੀਆਂ, ਫਰਜ਼ ਕਰ ਲਓ 10% ਗੱਲਾਂ ਕਿਸੇ ਬੰਦੇ ਨੇ ਗਲਤ ਕਰ ਵੀ ਦਿੱਤੀਆਂ ਕਿਸੇ ਨੇ, ਤਾਂ ਯਾਰ ਅਸੀਂ 90% ਜੋ ਗੁਰਮਤਿ ਪ੍ਰਚਾਰ ਹੋ ਰਿਹਾ ਸਹੀ, ਉਹਨੂੰ ਰੁਕਦੇ ਚੰਗੇ ਲੱਗਦੇ ਹਾਂ। ਗੁਰੂਆਂ ਦੀ ਧਰਤੀ ਆ, ਗੁਰੂਆਂ ਦੀ ਧਰਤੀ ਦੇ ਉੱਤੇ ਅਸੀਂ ਗੁਰਮਤਿ ਦਾ ਪ੍ਰਚਾਰ ਰੋਕ ਰਹੇ ਹਾਂ, ਕਿੱਡੀ ਮਾੜੀ ਗੱਲ ਆ। ਆਮ ਸੰਗਤ ਨੂੰ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਹੁਣ ਇਹ ਮਾਮਲਾ ਆ ਜੋ, ਇਹ ਨਹੀਂ ਹੈਗਾ ਕਿ ਭਾਈ ਹਰਨਾਮ ਸਿੰਘ ਧੂਮਾ ਅਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਸਪੋਰਟਰਾਂ ਦੇ ਵਿਚਾਲੇ ਆ, ਨਾ। ਹਰਨਾਮ ਸਿੰਘ ਧੂਮਾ ਜੀ ਦੇ ਜੋ ਕਹਿ ਲਓ ਵਿਰੋਧੀ ਨੇ, ਜੋ ਭਾਈ ਹਰਨਾਮ ਸਿੰਘ ਧੂਮਾ ਦੇ ਵਿਰੋਧੀ ਵੀ ਨੇ, ਜਿਵੇਂ ਕਿ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਉਹਦੇ ਵਿਰੋਧ 'ਚ ਬੋਲਦੇ ਨੇ, ਜੋ ਭਾਈ ਹਰਨਾਮ ਸਿੰਘ ਧੂਮਾ ਜੀ ਦੇ ਵਿਰੋਧੀ ਨੇ, ਉਹ ਵੀ ਇਸ ਸਮੇਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਵਿਰੋਧ 'ਚ ਖੜ੍ਹੇ ਨੇ। ਅਸਲ ਦੇ ਵਿੱਚ ਜੋ ਅੰਦਰ ਦੀ ਜੋ ਗੱਲ ਆ, ਸੰਗਤ ਨੂੰ ਸਮਝ ਨਹੀਂ ਹੈਗੀ, ਕਿਉਂਕਿ ਸੰਗਤ ਦਾ ਇੰਟਰੈਕਸ਼ਨ ਨਹੀਂ ਹੈਗਾ ਸਾਡੇ ਪ੍ਰਚਾਰਕਾਂ ਦੇ ਨਾਲ। ਸੰਗਤ ਜਾਂਦੀ ਆ, ਸੁਣ ਕੇ ਆ ਜਾਂਦੀ ਆ, ਪਰਸਨਲੀ ਕਿਸੇ ਸੰਪਰਦਾ ਦੇ ਨਾਲ, ਕਿਸੇ ਪ੍ਰਚਾਰਕ ਦੇ ਨਾਲ, ਕਿਸੇ ਜਥੇਬੰਦੀ ਦੇ ਨਾਲ ਆਮ ਸੰਗਤ ਦਾ ਕੋਈ ਇੰਟਰੈਕਸ਼ਨ ਨਹੀਂ ਹੈਗਾ। ਭਾਈ ਹਰਨਾਮ ਸਿੰਘ ਧੂਮਾ ਦੇ ਜੋ ਵਿਰੋਧੀ ਨੇ, ਉਹ ਵੀ ਇਸ ਸਮੇਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਖਿਲਾਫ ਖੜ੍ਹੇ ਨੇ। ਰੀਜ਼ਨ ਕੀ ਆ, ਤੁਹਾਨੂੰ ਰੀਜ਼ਨ ਦੱਸਦਾ ਹਾਂ। ਜਦੋਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜੀ ਦਾ ਸਾਥੀ ਕਤਲ ਹੋਇਆ ਆ, ਉਹ ਵੀਰ ਵਿਚਾਰਾ ਛੋਟੇ ਛੋਟੇ ਬੱਚੇ ਸੀ ਉਹਨਾਂ ਦੇ, ਬਹੁਤ ਜ਼ਿਆਦਾ ਦੁੱਖਦਾਈ ਘਟਨਾ ਹੋਈ ਆ, ਉਸ ਸਮੇਂ ਕੀ ਹੋਇਆ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜੋ ਸੀਗੇ ਕਾਫੀ ਰੋਸ ਵਿੱਚ ਸੀਗੇ। ਲੋੜ ਸੀ ਕਿ ਸਾਰੀਆਂ ਪੰਥਕ ਜਥੇਬੰਦੀਆਂ ਉਹਦੇ ਕੋਲ ਜਾਂਦੀਆਂ, ਚੰਗੇ ਸੂਝਵਾਨ ਸਾਡੇ ਜੋ ਵਿਦਵਾਨ ਨੇ ਉਹਨਾਂ ਕੋਲ ਜਾਂਦੇ, ਉਹਨਾਂ ਨੂੰ ਸਾਂਭਦੇ, ਉਸ ਸਮੇਂ ਸਹਾਰਾ ਦਿੰਦੇ। ਪਰ ਹੋਇਆ ਕੀ, ਉਸ ਸਮੇਂ ਉਹਨੂੰ ਸਭ ਤੋਂ ਵੱਧ ਸਹਾਰਾ ਦੇਣ ਦੇ ਲਈ ਬੰਦੇ ਚਲਾਕ ਬੰਦੇ ਸੀਗੇ ਨਾ, ਜਿਹੜੇ ਜਿਨ੍ਹਾਂ ਨੇ ਸੋਚਿਆ ਕਿ ਬਣੀ ਬਣਾਈ ਸਟੇਜ ਮਿਲ ਰਹੀ ਆ, ਚਲੋ ਛੇਤੀ ਭਾਈ ਸਾਹਿਬ ਨੂੰ ਸਾਂਭੋ, ਉਹ ਬੰਦੇ ਉਸ ਸਮੇਂ ਭਾਈ ਸਾਹਿਬ ਦੇ ਆਲੇ ਦੁਆਲੇ ਹੋ ਗਏ। ਇਹ ਜੋ ਵੀ 10% ਗੱਲਾਂ ਗਲਤ ਹੋਈਆਂ ਨੇ ਪ੍ਰਚਾਰ ਦੇ ਦੌਰਾਨ, ਜੋ ਵੀ ਗੱਲਾਂ ਗਲਤ ਹੋਈਆਂ ਨੇ, ਇਹ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨਹੀਂ ਬੋਲ ਰਹੇ, ਉਹਦੇ ਮਗਰ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਇਹਨਾਂ ਦੇ ਸਾਥੀ ਦਾ ਕਤਲ ਹੋਣ ਦੇ ਦੌਰਾਨ ਇਹਨਾਂ ਦਾ ਆ ਕੇ ਸਾਥ ਦਿੱਤਾ, ਇਹਦੇ ਨਾਲ ਖੜ੍ਹੇ ਜੋ, ਇਹਨਾਂ ਦੇ ਨਾਲ ਹਮਦਰਦੀ ਜਿਤਾਈ, ਉਹ ਬੰਦੇ ਕਹਾ ਰਹੇ ਨੇ। ਇਹ ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜ ਬਾਣੀਆਂ ਦਾ ਪਾਠ ਨਹੀਂ ਕਰਨਾ ਚਾਹੀਦਾ, ਸਿਰਫ ਦੋ ਬਾਣੀਆਂ ਦਾ ਪਾਠ ਕਰ ਲਓ, ਜਪਜੀ ਸਾਹਿਬ ਦਾ, ਆਨੰਦ ਸਾਹਿਬ ਦਾ, ਬਾਕੀ ਜੋ ਦਸਮ ਬਾਣੀ ਦੇ ਵਿੱਚੋਂ ਤਿੰਨ ਬਾਣੀਆਂ ਨੇ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ ਅਤੇ ਚੌਬੀ ਸਾਹਿਬ, ਇਹਨਾਂ ਨੂੰ ਕੱਢ ਦਿਓ ਕਹਿੰਦੇ ਵਿੱਚੋਂ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਗਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਤਾ ਸੀ ਸੰਗਤ ਨੂੰ। ਇਹ ਉਹ ਬੰਦੇ ਨੇ ਜਿਹੜੇ ਸਿੱਖ ਲਿਟਰੇਚਰ ਨੂੰ ਵੱਡੇ ਲੈਵਲ 'ਤੇ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਜਾਂ ਦਸਮ ਬਾਣੀਆਂ, ਇਹਨਾਂ ਨੂੰ ਗ੍ਰੰਥਾਂ ਨੂੰ ਖਤਮ ਕਰਨਾ ਚਾਹੁੰਦੇ ਨੇ। ਜੋ ਪੰਥ ਵਿਰੋਧੀ ਤਾਕਤਾਂ ਦੇ ਸਾਥੀ ਨੇ, ਉਹ ਬੰਦੇ ਇਸ ਸਮੇਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਆਲੇ ਦੁਆਲੇ ਹੋਏ ਬੈਠੇ ਨੇ। ਸੰਗਤ ਨੂੰ, ਸਾਡੀ ਨੂੰ ਸਮਝ ਹੈ ਨਹੀਂ ਗੀ ਵੀ ਹੋ ਕੀ ਰਿਹਾ। ਹੁਣ ਸੁਣੋ ਅੱਗੇ ਗੱਲ, ਇਹਨਾਂ ਨੇ ਇੱਥੋਂ ਤੱਕ ਕਹਾ ਤਾ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਤੋਂ ਕਿ ਜੋ ਮੈਂ ਪਹਿਲਾਂ ਪ੍ਰਚਾਰ ਕੀਤਾ ਉਹ ਸਾਰੇ ਦਾ ਸਾਰਾ ਗਲਤ ਆ। ਇੱਥੋਂ ਤੱਕ ਗੱਲ ਕਹਾ ਤੀ ਕਿ ਜੋ ਮੈਂ ਇੰਨੇ ਸਾਲਾਂ ਤੋਂ ਪ੍ਰਚਾਰ ਕੀਤਾ ਉਹ ਗਲਤ ਆ। ਕਿਵੇਂ ਕੀਤੀ? ਇਮੋਸ਼ਨਲੀ ਬਲੈਕਮੇਲ ਕਰਕੇ, ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ। ਹੁਣ ਗੱਲ ਸੁਣੋ, ਭਾਈ ਰਣਜੀਤ ਸਿੰਘ ਜੀ ਕਿਵੇਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਏ? ਪਹਿਲਾਂ ਠੀਕ ਆ, ਸਾਥੀ ਦਾ ਕਤਲ ਹੋਇਆ, ਰੋਸ਼ ਵਿੱਚ ਸੀਗੇ। ਹੁਣ ਅੱਗੇ ਆ ਜਾਓ, ਉਹਦੀ ਜੇ ਆਪਾਂ ਗੱਲ ਕਰ ਲਈ ਉਹਨਾਂ ਦੀ ਪ੍ਰਤਿਭਾ ਦੀ, ਉਹਨਾਂ ਦੇ ਕਰੈਕਟਰ ਦੀ,
ਉਹ ਹੈਗੇ ਨੇ ਇੱਕ ਪ੍ਰਚਾਰਕ, ਉਹ ਨਾ ਕੋਈ ਸਕਾਲਰ ਨੇ, ਨਾ ਕੋਈ ਹਿਸਟੋਰੀਅਨ ਨੇ, ਨਾ ਉਹ ਕੋਈ ਬ੍ਰਹਮ ਗਿਆਨੀ ਨੇ। ਸੋ ਬ੍ਰਹਮ ਗਿਆਨੀ ਨਾ ਹੋਣ ਕਰਕੇ ਜੋ ਅਧਿਆਤਮਿਕਤਾ ਦਾ ਪੱਖ ਆ ਉਹਦੇ ਲਈ ਵੀ ਉਹਨਾਂ ਨੂੰ ਬ੍ਰਹਮ ਗਿਆਨੀਆਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ 'ਤੇ ਡਿਪੈਂਡ ਰਹਿਣਾ ਪੈਂਦਾ ਆ। ਬ੍ਰਹਮ ਗਿਆਨੀਆਂ ਦੇ ਜੋ ਕਹਿ ਲਓ ਦੀਵਾਨ ਲਾਏ ਹੋਏ ਨੇ ਪੁਰਾਣੇ ਸਮੇਂ ਦੇ ਵਿੱਚ, ਜਾਂ ਉਹਦੀਆਂ ਰੀਲਾਂ ਨੇ, ਕੈਸਟਾਂ ਨੇ, ਉਹਨਾਂ 'ਤੇ ਡਿਪੈਂਡ ਰਹਿਣਾ ਪੈਂਦਾ ਆ ਰੂਹਾਨੀਅਤ ਦੀ ਗੱਲ ਕਰਨ ਦੇ ਲਈ। ਅਤੇ ਜਦੋਂ ਗੱਲ ਆਉਂਦੀ ਆ ਹਿਸਟਰੀ ਦੀ, ਤਾਂ ਹਿਸਟਰੀ ਦੇ ਲਈ ਵੀ ਉਹਨਾਂ ਨੂੰ, ਉਹ ਆਪ ਤਾਂ ਖੁਦ ਤਾਂ ਹਿਸਟੋਰੀਅਨ ਹੈ ਨਹੀਂ, ਉਹਦੇ ਲਈ ਵੀ ਉਹਨਾਂ ਨੂੰ ਕਿਤਾਬਾਂ 'ਤੇ ਡਿਪੈਂਡ ਰਹਿਣਾ ਪੈਂਦਾ, ਉਹਨਾਂ ਨੂੰ ਕਿਤਾਬਾਂ 'ਤੇ ਡਿਪੈਂਡ ਰਹਿੰਦਾ ਪੈਂਦਾ ਹਿਸਟਰੀ ਦੇ ਲਈ ਵੀ। ਉਹ ਖੁਦ ਨਾ ਤਾਂ ਹਿਸਟੋਰੀਅਨ ਨੇ, ਨਾ ਬ੍ਰਹਮ ਗਿਆਨੀ ਨੇ। ਸੋ ਰੂਹਾਨੀਅਤ ਦੀ ਗੱਲ ਕਰਨੀ ਹੋਵੇ, ਭਾਵੇਂ ਗੁਰ ਇਤਿਹਾਸ ਦੀ ਗੱਲ ਕਰਨੀ ਹੋਵੇ, ਉਹ ਕਿਤਾਬਾਂ 'ਤੇ ਡਿਪੈਂਡ ਨੇ। ਉਹ ਇੱਕ ਪ੍ਰਚਾਰਕ ਨੇ, ਉਹਨਾਂ ਕੋਲ ਆਵਾਜ਼ ਆ, ਉਹਨਾਂ ਦੇ ਕੋਲ ਤਰੀਕਾ ਆ ਕਿਸੇ ਚੀਜ਼ ਨੂੰ ਡਿਲੀਵਰ ਕਰਨ ਦਾ, ਪ੍ਰੈਜੈਂਟੇਸ਼ਨ ਦਾ ਤਰੀਕਾ ਵਧੀਆ, ਨਾਲ ਮਿਊਜ਼ਿਕ ਚੱਲਦਾ ਹੁੰਦਾ ਵਧੀਆ, ਬੋਲਦੇ ਨੇ ਬਹੁਤ ਵਧੀਆ, ਆਵਾਜ਼ ਦਿੱਤੀ ਆ ਵਾਹਿਗੁਰੂ ਨੇ, ਉਹ ਪ੍ਰਚਾਰਕ ਨੇ। ਪਰ ਜੋ ਸੋਰਸ ਆ ਪ੍ਰਚਾਰ ਦਾ ਉਹ ਹੋਰ ਬੰਦੇ ਨੇ, ਹਿਸਟੋਰੀਅਨਸ ਹੋਰ ਹਿਸਟੋਰੀਅਨਸ, ਅਤੇ ਰੂਹਾਨੀਅਤ ਦੀ ਗੱਲ ਕਰਨ ਲਈ ਹੋਰ ਬ੍ਰਹਮ ਗਿਆਨੀ ਜੋ, ਜਾਂ ਹੋਰ ਵੱਡੇ ਵਿਚਾਰ ਕੋਈ ਨੇ, ਵੱਡੇ ਵਿਦਵਾਨ ਸੰਤ ਸਿੰਘ ਮਸਕੀਨ ਜੀ ਵਰਗੇ। ਸੋ ਹੁਣ ਹੋਇਆ ਕੀ, ਭਾਈ ਸਾਹਿਬ ਦੇ ਬੰਦੇ ਦਾ ਕਤਲ ਹੋਇਆ, ਗਲਤ ਬੰਦੇ ਆ ਕੇ ਆਲੇ ਦੁਆਲੇ ਹੋ ਗਏ, ਭਾਈ ਸਾਹਿਬ ਜੀ ਅਸੀਂ ਤੁਹਾਡੇ ਨਾਲ ਹਾਂ। ਉਹ ਬੰਦੇ ਕੌਣ ਨੇ ਜਿਹੜੇ ਗਲਤ, ਉਹ ਦਮਦਮੀ ਟਕਸਾਲ ਜੋ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਗਈ ਟਕਸਾਲ ਆ, ਉਹਨੂੰ ਜੜ ਤੋਂ ਨਕਾਰਦੇ ਨੇ ਬਿਲਕੁਲ। ਉਹ ਕਹਿੰਦੇ ਨੇ ਇਹ ਤਾਂ ਹੈ ਉਹ ਨਹੀਂ ਗੀ ਪੰਥ ਦੀ, ਪੰਥ ਦੇ ਵਿੱਚ ਇਹ ਟਕਸਾਲ ਦਾ ਕੋਈ ਕਹਿ ਲਓ ਪੁਰਾਤਨ ਨਾਮੋ ਨਿਸ਼ਾਨ ਹੈ ਉਹ ਨਹੀਂ, ਉਹ ਬੰਦੇ ਇਹ ਕਹਿੰਦੇ ਨੇ, ਜਿਹਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਨੇ, ਉਸ ਟਕਸਾਲ ਨੂੰ ਇਹ ਕਹਿੰਦੇ ਨੇ ਟਕਸਾਲ ਜੜ ਤੋਂ ਹੀ ਖਤਮ ਆ, ਇਹ ਤਾਂ ਹੈ ਉਹ ਨਹੀਂ ਗੀ, ਇਹ ਤਾਂ ਇੱਕ ਡੇਰਾ ਆ। ਉਹ ਬੰਦੇ ਇਸ ਸਮੇਂ ਭਾਈ ਰਣਜੀਤ ਸਿੰਘ ਜੀ ਦੇ ਆਲੇ ਦੁਆਲੇ ਹੋਏ ਬੈਠੇ ਨੇ। ਸੋ ਸਾਨੂੰ ਚਾਹੀਦਾ ਸੀ ਭਾਈ ਸਾਹਿਬ ਦੇ ਨਾਲ ਖੜੀਏ, ਅਸੀਂ ਉਹਨਾਂ ਨੂੰ ਚੰਗੇ ਪਾਸੇ ਲੈ ਕੇ ਆਈਏ, ਉਹਨਾਂ ਤੋਂ ਬਚਾਈਏ। ਮੈਂ ਭਾਈ ਸਾਹਿਬ ਦੀ ਇਸ ਇੱਕ ਗੱਲੋਂ ਕਹਿ ਲਓ ਦਾਤ ਦਿੰਦਾ ਹਾਂ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹੋ ਜਿਹੇ ਬੰਦਿਆਂ ਦੀ ਜੁੰਡਲੀ ਜਦੋਂ ਉਹਦੇ ਆਲੇ ਦੁਆਲੇ ਆ ਕੇ ਬਹਿ ਗਈ, ਫਿਰ ਵੀ ਉਹਨਾਂ ਨੇ ਆਪਣੇ ਪ੍ਰਚਾਰ 'ਤੇ ਵੱਧ ਤੋਂ ਵੱਧ 10% ਉਹਨਾਂ ਦਾ ਅਸਰ ਕਬੂਲਿਆ, ਵੱਧ ਤੋਂ ਵੱਧ 10% ਅਸਰ ਪਿਆ ਉਹਨਾਂ ਦਾ, ਇੱਦੋਂ ਵੱਧ ਨਹੀਂ। ਇਹ ਬਹੁਤ ਵੱਡੀ ਗੱਲ ਆ, ਐਡੀ ਵੱਡੀ ਸਟੇਜ ਨੂੰ ਆ ਕੇ ਕਹਿ ਲਓ ਹਾਈਜੈਕ ਕੀਤਾ ਉਹਨਾਂ ਬੰਦਿਆਂ ਨੇ, ਫਿਰ ਵੀ ਭਾਈ ਸਾਹਿਬ ਨੇ ਸਿਰਫ ਉਹਦੀਆਂ 10% ਗੱਲਾਂ ਦਾ ਪ੍ਰਚਾਰ ਕੀਤਾ। ਜਿਵੇਂ ਤੁਹਾਨੂੰ ਹੁਣ ਮੈਂ ਗੱਲ ਦੱਸੀ ਕਿ ਭਾਈ ਸਾਹਿਬ ਦੂਜਿਆਂ ਦੀਆਂ ਕਿਤਾਬਾਂ 'ਤੇ ਡਿਪੈਂਡ ਕਰਦੇ ਨੇ, ਇੱਕ ਪ੍ਰਚਾਰਕ ਨੇ ਉਹ। ਸੋ ਜਦੋਂ ਉਹਨਾਂ ਨੇ ਆ ਕੇ ਭਾਈ ਸਾਹਿਬ ਦੇ ਆਲੇ ਦੁਆਲੇ ਬੈਠੇ ਆ ਕੇ ਇਮੋਸ਼ਨਲੀ ਉਹਨਾਂ ਨੂੰ ਆਪਣੇ ਨਾਲ ਅਟੈਚ ਕੀਤਾ, ਜੋ ਪੰਥ ਦੇ ਵਿਰੋਧੀ ਬੰਦੇ ਨੇ, ਸ਼ਕਲਾਂ ਗੁਰਸਿੱਖਾਂ ਵਾਲੀਆਂ ਨੇ ਪਰ ਗੁਰਸਿੱਖ ਨਹੀਂ ਹੈਗੇ ਉਹ ਜਦੋਂ ਆਲੇ ਦੁਆਲੇ ਆ ਕੇ ਬੈਠੇ ਭਾਈ ਸਾਹਿਬ ਦੇ, ਠੀਕ ਆ ਜੀ, ਉਹਨਾਂ ਨੇ ਇਨਕਰੇਜ ਕੀਤਾ ਕਿ ਸਾਡੀਆਂ ਕਿਤਾਬਾਂ ਦੇ ਅਕੋਰਡਿੰਗ ਬੋਲੋ। ਜੋ ਭਾਈ ਸਾਹਿਬ ਨੇ ਪ੍ਰਚਾਰ ਕੀਤਾ, ਜੋ 10% ਗੱਲਾਂ ਗਲਤ ਹੋਈਆਂ ਨੇ, ਉਹ ਵੀ ਮੈਂ ਤੁਹਾਨੂੰ ਦੱਸਦਾ ਕੀ ਹੋਈਆਂ ਨੇ, ਉਹ ਗੱਲਾਂ ਉਹ ਬੰਦਿਆਂ ਦੀਆਂ ਕਿਤਾਬਾਂ 'ਚ ਲਿਖੀਆਂ ਹੋਈਆਂ ਨੇ, ਉਹ ਭਾਈ ਸਾਹਿਬ ਆਪਣੇ ਕੋਲੋਂ ਨਹੀਂ ਬਣਾ ਰਹੇ, ਭਾਈ ਸਾਹਿਬ ਆਪਣੇ ਕੋਲੋਂ ਨਹੀਂ ਕਹਿ ਰਹੇ। ਇੰਨੇ ਸਾਲਾਂ ਤੋਂ ਪ੍ਰਚਾਰ ਕਰ ਰਹੇ ਸੀ, ਬਿਲਕੁਲ ਸਹੀ ਚੱਲ ਰਿਹਾ ਸੀ, ਅਚਾਨਕ ਆ ਕੇ ਕੀ ਹੋ ਗਿਆ? ਸ਼ੁਰੂ ਤੋਂ ਵੀਡੀਓ ਸੁਣਿਓ, ਜਿਹੜੇ ਵੀਰ ਹੁਣ ਜੁੜ ਰਹੇ ਨੇ, ਸ਼ੁਰੂ ਤੋਂ ਵੀਡੀਓ ਸੁਣਿਓ, ਸਾਰਾ ਮਾਮਲਾ ਤੁਹਾਨੂੰ ਕਲੀਅਰ ਕਰ ਦੇਣਾ। ਅੱਜ ਇੰਨੇ ਸਾਲਾਂ ਤੋਂ ਪ੍ਰਚਾਰ ਚੱਲ ਰਿਹਾ, ਉਦੋਂ ਨਹੀਂ ਰੌਲਾ ਪਿਆ, ਹੁਣੇ ਕਿਉਂ ਪਿਆ? ਹੁਣੇ ਕਿਉਂ ਗੱਲਾਂ ਇਹ ਗਲਤ ਹੋ ਗਈਆਂ? ਅਸਲ ਦੇ ਵਿੱਚ ਭਾਈ ਸਾਹਿਬ ਦਾ ਜੋ ਕਹਿ ਲਓ ਸੋਰਸ ਆ ਮੈਸੇਜ ਡਿਲੀਵਰ ਕਰਨ ਦੇ ਲਈ, ਉਹ ਸੋਰਸ ਮਗਰ ਰੋਂਗ ਹੋ ਗਿਆ, ਪਰ ਫਿਰ ਵੀ ਭਾਈ ਸਾਹਿਬ ਨੇ 10% ਅਸਰ ਕਬੂਲਿਆ, ਇੱਦੋਂ ਵੱਧ ਨਹੀਂ। ਅਤੇ ਭਾਈ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਹਾਂ ਇਸ ਗੱਲ ਦੇ ਲਈ। ਹੁਣ ਗੱਲ ਕਰਦੇ ਹਾਂ ਜਿਹੜੀਆਂ ਗੱਲਾਂ ਗਲਤ ਹੋਈਆਂ ਨੇ। ਬਚਿੱਤਰ ਸਿੰਘ ਨੇ ਨਾਗਣੀ ਮਾਰੀ ਆ ਜੋ ਹਾਥੀ ਦੇ, ਉਹ ਭਾਈ ਸਾਹਿਬ ਤੋਂ ਕਹਾਇਆ ਗਿਆ ਕਿ ਅੱਖ 'ਚ ਮਾਰੀ ਆ ਜੀ, ਮੱਥੇ 'ਚ ਨਹੀਂ ਮਾਰੀ। ਜਦਕਿ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਵੀ ਕਹਿ ਚੁੱਕੇ ਨੇ, ਸਾਡੇ ਹਿਸਟੋਰੀਅਨ ਨੇ ਕਿੱਡੇ ਸਤਿਕਾਰਯੋਗ, ਅਤੇ ਪੂਰੇ ਵਿਸ਼ਵ ਦੀ ਹਿਸਟਰੀ ਵੀ ਫੋਲ ਲਓ ਤੁਸੀਂ, ਅਤੇ ਜੋ ਸਿੱਖ ਇਤਿਹਾਸ ਆ ਉਹ ਵੀ ਫੋਲ ਲਓ, ਉਹਦੇ ਵਿੱਚ ਇਹੀ ਜ਼ਿਕਰ ਆਉਂਦਾ ਕਿ ਹਾਥੀ ਨੂੰ ਜੇ ਕਾਬੂ ਕਰਨਾ ਆ ਉਹਦੇ ਜਾਂ ਤਾਂ ਮੱਥੇ ਵਿੱਚ ਵਾਰ ਕੀਤਾ ਜਾਂਦਾ, ਜਾਂ ਦੋ ਲੱਤਾਂ ਦੇ ਵਿਚਕਾਰ ਜਿੱਥੇ ਉਹਦਾ ਦਿਲ ਹੁੰਦਾ ਉੱਥੇ ਵਾਰ ਕੀਤਾ ਜਾਂਦਾ, ਜਾਂ ਮਗਰ ਮਲ ਤੇ ਪ੍ਰਣਾਲੀ ਦੇ ਅੰਗ ਨੇ ਜਿਹੜੇ ਉੱਥੇ ਵਾਰ ਕੀਤਾ ਜਾਂਦਾ। ਇਹ ਤਿੰਨ ਜਗ੍ਹਾ ਨੇ ਕਾਬੂ ਕਰਨ ਦੇ ਲਈ, ਪੂਰੇ ਵਿਸ਼ਵ ਦੇ ਵਿੱਚ ਇਸੇ ਤਰੀਕੇ ਨਾਲ ਹਾਥੀ ਨੂੰ ਕਾਬੂ ਕਰਨ ਦੇ ਤਰੀਕੇ ਨੇ ਇਹੀ ਤਿੰਨੇ। ਅਤੇ ਗੁਰੂ ਸਾਹਿਬ ਨੇ ਜੋ ਸਾਡਾ ਇਤਿਹਾਸ ਆ, ਗੁਰੂ ਇਤਿਹਾਸ ਆ, ਉਹਦੇ ਵਿੱਚ ਵੀ ਇਹੀ ਆਉਂਦਾ ਕਿ ਗੁਰੂ ਸਾਹਿਬ ਨੇ ਆਹੀ ਤਿੰਨ ਤਰੀਕੇ ਦੱਸ ਕੇ ਭਾਈ ਸਾਹਿਬ ਨੂੰ ਭੇਜਿਆ ਸੀਗਾ। ਅਤੇ ਹੁਣ ਜਿਹੜੇ ਉਹ ਪੰਥ ਵਿਰੋਧੀ ਬੰਦੇ ਨੇ, ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਗਲਤ ਕਿ ਅੱਖ 'ਤੇ ਵਾਰ ਕੀਤਾ। ਸੋ ਅੱਖ 'ਤੇ ਵਾਰ ਆ ਜੇ, ਉਹ ਤਾਂ ਤੀਰ ਨਾਲ ਕੀਤਾ ਜਾ ਸਕਦਾ ਆ, ਤੀਰ ਬੜੀ ਦੂਰ ਤੋਂ, ਗੁਰੂ ਸਾਹਿਬ ਕਿੰਨੀ ਦੂਰ ਤੋਂ ਵਾਰ ਕਰ ਦਿੰਦੇ ਸੀਗੇ, ਉਸ ਸਮੇਂ ਤਾਂ ਯੋਧੇ ਹੀ ਬੜੇ ਕਾਰਗਰ ਸੀਗੇ, ਤੀਰ ਬੰਦੇ ਦੀ ਅੱਖ 'ਤੇ ਨਿਸ਼ਾਨਾ ਮਾਰ ਦਿੰਦੇ ਸੀ, ਹਾਥੀ ਦੀ ਅੱਖ ਫਿਰ ਕਾਫੀ ਵੱਡੀ ਆ, ਬੰਦੇ ਦੀ ਅੱਖ 'ਤੇ ਨਿਸ਼ਾਨਾ ਮਾਰ ਦਿੰਦੇ ਸੀਗੇ, ਪੂਰਾ ਜਿਹੜਾ ਮੂੰਹ ਘੱਟ ਗਿਆ ਹੁੰਦਾ ਸੀ ਅੱਖ 'ਤੇ ਜਾਂ ਕੰਨ 'ਤੇ ਨਿਸ਼ਾਨਾ ਮਾਰ ਦਿੰਦੇ ਸੀ, ਹਾਥੀ ਕੀ ਵੱਡੀ ਗੱਲ ਸੀ।
ਉਹ ਜੇ ਉਹ ਨਾਗਣੀ ਦੇਖੀ ਜਾਵੇ ਬਹੁਤ ਭਾਰੀ ਆ, ਪੂਰੇ ਖਰੇ ਲੋਹੇ ਦੀ ਆ ਉਹ। ਸੋ ਇੱਕ ਤਾਂ ਆਹ ਗੱਲ ਗਲਤ ਕਹਾਤੀ ਭਾਈ ਸਾਹਿਬ ਤੋਂ। ਫਿਰ ਅੱਗੇ ਆ ਜਾਓ, ਇੱਕ ਗੱਲ ਇਹ ਕਹਾਤੀ ਕਿ ਜੀ ਜੋ ਬੰਦਾ ਆ ਉਹ ਜੇ ਚੰਗੇ ਗੁਣਾਂ ਵਾਲਾ ਆ ਤਾਂ ਉਹ ਦੇਵਤਾ ਆ, ਜੇ ਉਹਦੇ ਮਾੜੇ ਮਾੜੇ ਲੱਛਣ ਨੇ, ਉਹਦੇ ਮਾੜੀਆਂ ਗੱਲਾਂ ਕਰਦਾ ਆ, ਲੱਛਣ ਮਾੜੇ ਨੇ, ਤਾਂ ਉਹ ਜੀ ਕਹਿ ਦਿੰਦੇ ਨੇ ਜੀ ਉਹ ਆ ਭੂਤ ਪ੍ਰੇਤ ਆ, ਰਾਕਸ਼ਸ ਆ। ਸੋ ਭਾਈ ਸਾਹਿਬ ਤੋਂ ਇਹ ਕਹਾਇਆ ਗਿਆ ਕਿ ਜੋ ਭੂਤ ਪ੍ਰੇਤ ਨੇ ਉਹ ਅਲੱਗ ਨਹੀਂ ਹੈਗੇ, ਜੋ ਦੇਵਤੇ ਨੇ ਉਹ ਅਲੱਗ ਨਹੀਂ ਹੈਗੇ, ਅਸਲ ਦੇ ਵਿੱਚ ਬੰਦਾ ਹੀ ਦੇਵਤਾ ਆ, ਬੰਦਾ ਹੀ ਭੂਤ ਪ੍ਰੇਤ ਆ, ਬੰਦੇ ਦੇ ਗੁਣਾਵਣਾ ਦੇ ਅਕੋਰਡਿੰਗ ਉਸ ਨੂੰ ਇਸ ਤਰੀਕੇ ਨਾਲ ਕਿਹਾ ਜਾਂਦਾ। ਪਰ ਇਹ ਜੇ ਗੁਰਬਾਣੀ ਪੜ੍ਹਦੇ ਹਾਂ, ਜੇ ਗੁਰਬਾਣੀ ਦੇ ਵਿੱਚ ਤਾਂ ਸ਼ਰੇਆਮ ਲਿਖਿਆ ਹੋਇਆ ਭੂਤ ਪ੍ਰੇਤ ਜਿੰਨ ਪਿਸ਼ਾਚ ਮਿਰਗਾਚ ਯਕਸ਼ ਹਰ ਇੱਕ ਦਾ ਜ਼ਿਕਰ ਆਉਂਦਾ। ਇਹ ਵੀ ਇੱਕ ਜੂਨੀ ਆ, ਇਹ ਤਾਂ ਉਹ ਦੇਖੋ ਜਿਵੇਂ ਹੁਣ ਬੰਦਾ ਆ, ਕੋਈ ਬੰਦੇ ਨੂੰ ਆਪਾਂ ਕਹਿ ਦਿੰਦੇ ਆਹ ਤਾਂ ਬੰਦਾ ਸ਼ੇਰ ਆ, ਆਹ ਤਾਂ ਬੰਦਾ, ਆ ਫਲਾਣਾ ਤਾਂ ਜੀ ਗਿੱਦੜ ਆ। ਹੁਣ ਇਹਦਾ ਮਤਲਬ ਇਹ ਥੋੜ੍ਹੀ ਹੈ ਜੀ ਗਿੱਦੜ ਅਲੱਗ ਨਹੀਂ ਹੁੰਦਾ, ਸ਼ੇਰ ਅਲੱਗ ਨਹੀਂ ਹੁੰਦਾ, ਅਸਲ ਦੇ ਵਿੱਚ ਬੰਦਾ ਹੀ ਸ਼ੇਰ ਆ, ਬੰਦਾ ਹੀ ਗਿੱਦੜ ਆ। ਬੰਦਾ ਜੇ ਬਹਾਦਰ ਆ ਤਾਂ ਉਹ ਸ਼ੇਰ ਬਣ ਗਿਆ, ਬੰਦਾ ਕਮਜ਼ੋਰ ਆ ਤਾਂ ਗਿੱਦੜ ਬਣ ਗਿਆ। ਅਸਲ ਦੇ ਵਿੱਚ ਸ਼ੇਰ ਜਾਂ ਗਿੱਦੜ ਕੁਛ ਨਹੀਂ ਹੁੰਦਾ, ਇਹ ਗੱਲ ਕੋਈ ਮਾਇਨੇ ਰਖਾਉਂਦੀ ਆ? ਨਹੀਂ, ਅਸਲ ਵਿੱਚ ਸ਼ੇਰ ਦਾ ਜੋ ਗੁਣ ਆ ਉਹ ਦੱਸਦੇ ਹਾਂ ਅਸੀਂ, ਉਹਦੇ ਨਾਲ ਕੰਪੇਅਰ ਕਰਕੇ ਦੱਸਦੇ ਹਾਂ ਬੰਦਾ ਸ਼ੇਰ ਆ। ਗਿੱਦੜ ਦਾ ਜੋ ਹੈਗਾ ਭੈੜੀ ਆਦਤ ਆ, ਡਰਨੇ ਵਾਲੀ ਡਰਪੂਕ ਵਾਲੀ, ਉਹ ਅਸੀਂ ਕਹਿ ਦਿੰਦੇ ਹਾਂ ਜੀ ਉਹਨੂੰ ਲੈ ਕੇ ਅਸੀਂ ਕਹਿੰਦੇ ਬੰਦਾ ਡਰਪੂਕ ਆ ਜੀ, ਅਸੀਂ ਕਹਿੰਦੇ ਹਾਂ ਜੀ ਗਿੱਦੜ ਆ। ਉਸੇ ਤਰੀਕੇ ਨਾਲ ਭੂਤ ਪ੍ਰੇਤ ਜਾਂ ਦੇਵਤੇ ਵਾਲੀ ਗੱਲ ਆਉਂਦੀ ਆ। ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਕਿਹਾ ਗਿਆ ਵੀ ਹਾਂ ਦੇਵਤੇ ਹੈਗੇ ਨੇ, ਭੂਤ ਪ੍ਰੇਤ ਹੈਗੇ ਨੇ, ਹਰ ਤਰ੍ਹਾਂ ਦੀ ਚੀਜ਼ ਹੈਗੀ ਹੈ ਜੀ, ਤਾਂ ਨਵਾਂ ਪ੍ਰਿਥਵੀ 'ਤੇ ਹਰ ਚੀਜ਼ ਹੈਗੀ ਹੈ। ਪਰ ਭਾਈ ਸਾਹਿਬ ਤੋਂ ਇਹ ਚੀਜ਼ਾਂ ਕਹਾਈਆਂ ਜਾ ਰਹੀਆਂ ਨੇ, ਭਾਈ ਸਾਹਿਬ ਖੁਦ ਨਹੀਂ ਕਹਿ ਰਹੇ, ਉਹਨਾਂ ਨੂੰ ਸੋਰਸ ਗਲਤ ਦੇ ਦਿੱਤਾ ਗਿਆ ਪ੍ਰਚਾਰ ਦੇ ਲਈ, ਜੋ ਪੰਥ ਵਿਰੋਧੀ ਬੰਦੇ ਨੇ ਉਹਦੇ ਆਲੇ ਦੁਆਲੇ ਹੋਏ ਬੈਠੇ ਨੇ, ਠੀਕ ਹੈ ਜੀ। ਆਪਾਂ ਅੱਖਾਂ ਨਾ ਬੰਦ ਕਰੀਏ, ਭਾਈ ਸਾਹਿਬ ਨੂੰ ਇਸ ਸਮੇਂ ਲੋੜ ਆ ਸਪੋਰਟ ਦੀ, ਚੰਗੇ ਵਿਦਵਾਨਾਂ ਦੀ, ਪਰ ਇਸ ਸਮੇਂ ਪੰਥ ਵਿਰੋਧੀ ਬੰਦੇ ਉਹਦੇ ਆਲੇ ਦੁਆਲੇ ਹੋਏ ਬੈਠੇ ਨੇ। ਅਸੀਂ ਗੱਲ ਨੂੰ ਸਮਝੀਏ, ਸਾਡੇ ਜੋ ਟਕਸਾਲੀ ਵੀਰ ਨੇ ਇਹਨਾਂ ਦੇ ਵਿੱਚ ਵੀਰ ਰਸ ਜ਼ਿਆਦਾ ਆ, ਵੀਰ ਰਸ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਮੇਰਾ ਵੀਰ ਥੋੜ੍ਹਾ ਆਪਾਂ ਨੂੰ ਨਾ ਸੋਚਣ ਦੀ ਲੋੜ ਆ, ਸਿਆਸਤ ਤੋਂ ਕੰਮ ਲਓ। ਗੁਰੂ ਸਾਹਿਬ ਨੇ ਕੀਤਾ 52 ਹੁਕਮਾਂ ਦੇ ਵਿੱਚ ਕਿਹਾ ਨਾ ਕਿ ਲੋੜ ਪੈਣ 'ਤੇ ਸਾਮ ਦਾਮ ਦੰਡ ਭੇਦ ਹਰ ਚੀਜ਼ ਦੀ ਵਰਤੋਂ ਕਰਨੀ ਆ। ਸੋ ਆਪਾਂ ਜੋ ਗੱਲ ਆ ਕਰ ਰਹੇ ਹਾਂ, ਜੋ ਵੀ ਆਪਾਂ ਵਿਰੋਧ ਕਰ ਰਹੇ ਹਾਂ, ਇਹਦੇ ਨਾਲ ਪੰਥ ਨੂੰ ਨੁਕਸਾਨ ਹੋ ਰਿਹਾ, ਕੋਈ ਫਾਇਦਾ ਨਹੀਂ ਹੋ ਰਿਹਾ। ਹੋਰ ਭਾਈ ਸਾਹਿਬ ਨੇ ਇੱਕ ਹੋਰ ਗਲਤ ਗੱਲ ਕਹਿਤੀ, ਮੈਂ ਮੰਨਦਾ ਠੀਕ ਆ ਜੀ ਗਲਤੀਆਂ ਹੋਈਆਂ ਨੇ, ਪਰ 10% ਗਲਤੀਆਂ ਪਿੱਛੇ ਯਾਰ ਆਪਾਂ 90% ਕਿਵੇਂ ਆਪਾਂ ਰੱਦ ਕਰ ਸਕਦੇ ਹਾਂ, ਬੰਦੇ ਦਾ ਪ੍ਰਚਾਰ ਹੀ ਕਿਵੇਂ ਬੰਦ ਕਰਾ ਸਕਦੇ ਹਾਂ। ਭਾਈ ਸਾਹਿਬ ਨੇ ਜਿਵੇਂ ਸੂਰਜ ਪ੍ਰਕਾਸ਼ ਗ੍ਰੰਥ ਆ ਉਹਦੇ ਕਹਿਤਾ ਵੀ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ। ਸੋ ਜੋ ਸੂਰਜ ਪ੍ਰਕਾਸ਼ ਗ੍ਰੰਥ ਆ ਗੁਰੂ ਸਾਹਿਬ ਤੋਂ ਲਗਭਗ 100 ਸਾਲ ਬਾਅਦ ਲਿਖਿਆ ਗਿਆ ਹੋਣਾ, ਅਤੇ ਜੋ ਇਹਦੇ ਕਵੀ ਨੇ ਉਹ ਕਹਿ ਰਹੇ ਨੇ, ਉਹਨਾਂ ਨੇ ਲਿਖਿਆ ਹੋਇਆ ਕਿ ਮੇਰੀ ਜਿੰਨੀ ਕੁ ਮਤ ਆ ਮੈਂ ਉਸ ਅਨੁਸਾਰ ਲਿਖਤਾ, ਇਨ ਫਿਊਚਰ ਮੇਰੀ ਕੋਈ ਚੀਜ਼ ਗਲਤ ਲੱਗੇ ਤਾਂ ਕੱਢ ਦਿਓ ਇਸ ਦੇ ਵਿੱਚੋਂ, ਇਸ ਨੂੰ ਐਡਿਟ ਕਰ ਲਿਓ। ਜੋ ਹਿਸਟੋਰੀਕਲ ਕਿਤਾਬਾਂ ਹੁੰਦੀਆਂ ਨੇ, ਮੈਂ ਖੁਦ ਹਿਸਟਰੀ ਦਾ ਸਟੂਡੈਂਟ ਰਿਹਾ ਹਾਂ, ਇਹ ਜੋ ਕਿਤਾਬਾਂ ਹੁੰਦੀਆਂ ਨੇ ਜਾਂ ਗ੍ਰੰਥ ਹੁੰਦੇ ਨੇ, ਸਮੇਂ ਸਮੇਂ 'ਤੇ ਇਹਨਾਂ ਦੇ ਵਿੱਚ ਬਦਲਾਅ ਆਉਂਦਾ ਰਹਿੰਦਾ ਆ। ਹਿਸਟਰੀ ਕਦੇ ਵੀ, ਜਿਵੇਂ ਅੱਜ ਜੋ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, 50 ਸਾਲ ਤੱਕ ਜੋ ਕਿਤਾਬਾਂ ਲਿਖਣੀਆਂ ਨੇ ਜਾਂ 100 ਸਾਲ ਤੱਕ ਜੋ ਕਿਤਾਬਾਂ ਲਿਖਣੀਆਂ ਨੇ, ਉਹਨਾਂ ਨੇ ਇਹਨਾਂ ਕਿਤਾਬਾਂ ਦੀਆਂ ਕੁਝ ਗੱਲਾਂ ਨੂੰ ਝੁਠਲਾ ਦੇਣਾ ਆ। ਹਾਂਜੀ, ਪੰਥ ਪ੍ਰਕਾਸ਼ ਹੋਵੇ, ਭਾਵੇਂ ਹੋਰ ਗ੍ਰੰਥ ਆ, ਸੂਰਜ ਪ੍ਰਕਾਸ਼ ਆ, ਜੋ ਵੀ ਗ੍ਰੰਥ, ਸਰਬਲੋਕ ਗ੍ਰੰਥ ਆ, ਜੋ ਵੀ ਆ, ਜਿੰਨੇ ਵੀ ਗ੍ਰੰਥ ਜੋ ਪਹਿਲਾਂ ਲਿਖ ਹੋਏ ਨੇ, ਉਹਨਾਂ ਦੀਆਂ ਕੁਝ ਗੱਲਾਂ ਰੋਂਗ ਹੋ ਸਕਦੀਆਂ ਨੇ, ਕੋਈ ਸ਼ੱਕ ਨਹੀਂ। ਉਹ ਕੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜ੍ਹੀ ਨੇ, ਬਾਣੀ ਥੋੜ੍ਹੀ ਆ, ਉਹ ਇੱਕ ਹਿਸਟੋਰੀਕਲ ਸੋਰਸ ਨੇ। ਉਹਨਾਂ ਦੇ ਵਿੱਚ ਸਮੇਂ ਦੀ ਨਜ਼ਾਕਤ ਦੇ ਹਿਸਾਬ ਨਾਲ ਜੋ ਉਹਨਾਂ ਕੋਲ ਸੋਰਸ ਸੀਗੇ ਉਸ ਹਿਸਾਬ ਨਾਲ ਉਹਨਾਂ ਨੇ ਗੱਲਾਂ ਲਿਖੀਆਂ, ਉਹ ਗੱਲਾਂ ਕੁਝ ਰੋਂਗ ਹੋ ਸਕਦੀਆਂ ਨੇ, ਪਰ ਆਪਾਂ ਪੂਰੇ ਦੇ ਪੂਰੇ ਗ੍ਰੰਥਾਂ ਨੂੰ ਨਹੀਂ ਖਤਮ ਕਰ ਸਕਦੇ, ਕਿਉਂਕਿ ਜੋ ਗੁਰੂ ਘਰਾਂ ਦੇ ਵਿੱਚ ਜੋ ਕਥਾ ਹੁੰਦੀ ਆ, ਜੋ ਗੁਰ ਇਤਿਹਾਸ ਦੀ ਗੱਲ ਹੁੰਦੀ ਆ, ਉਹਨਾਂ ਗ੍ਰੰਥਾਂ ਦੇ ਵਿੱਚੋਂ ਹੀ ਸੋਰਸ ਲੈ ਕੇ ਕੀਤੇ ਜਾਂਦੇ ਨੇ, ਠੀਕ ਆ ਜੀ। ਰਣਜੀਤ ਸਿੰਘ ਜੀ ਮੇਰੇ ਵੱਡੇ ਭਾਈ ਵਰਗੇ ਨੇ, ਮੈਨੂੰ ਬੜਾ ਪਿਆਰ ਆ। ਇੱਕ ਅਖੌਤੀ ਸਿੰਗਰ ਜਿਹਦਾ ਤਾਂ ਮੈਂ ਹੁਣ ਨਾਂ ਲੈਣਾ ਵੀ ਚੰਗਾ ਨਹੀਂ ਸਮਝਦਾ, ਉਹ ਬੋਲਿਆ ਸੀ ਭਾਈ ਸਾਹਿਬ ਦੇ ਖਿਲਾਫ, ਮੈਂ ਉਸ ਸਮੇਂ ਵੀ ਭਾਈ ਸਾਹਿਬ ਦੇ ਨਾਲ ਖੜਾ ਸੀਗਾ, ਅੱਜ ਵੀ ਖੜਾ ਆ। ਹੋ ਜਾਂਦਾ ਕਿਤੇ ਬੰਦਾ ਮਾੜਾ ਮੋਟਾ, ਕਿਸੇ ਗਲਤ ਸੰਗਤ ਹੋ ਜਾਂਦੀ ਆ, ਬੰਦਾ ਇੱਧਰ ਉੱਧਰ ਹੋ ਜਾਂਦਾ, ਆਪਾਂ ਇਨਸਾਨ ਆ, ਆਪਾਂ ਕਹਿ ਲਓ ਕੋਈ ਰੂਹਾਨੀ ਇਨਸਾਨ ਕਹਿ ਲਓ, ਰੂਹ ਨਹੀਂ ਹੈਗੇ, ਬਹੁਤ ਵੱਡੀ ਰੂਹ ਨਹੀਂ ਹੈਗੇ ਕੋਈ, ਜਿਵੇਂ ਸਾਡੇ ਗੁਰੂ ਸਾਹਿਬ ਸੀਗੇ ਅਸੀਂ ਉਹ ਨਹੀਂ ਹੈਗੇ, ਠੀਕ ਆ ਜੀ। ਸਾਡੇ ਤੋਂ ਗਲਤੀਆਂ ਹੁੰਦੀਆਂ ਨੇ, ਪਰ ਗਲਤੀਆਂ ਨੂੰ ਸੁਧਾਰਿਆ ਜਾ ਸਕਦਾ। ਜੇ ਆਪਾਂ ਜਿੱਦ ਕਰਾਂਗੇ ਫਿਰ ਬੰਦਾ ਹੋਰ ਥਿੜਕ ਜੂਗਾ ਤੁਹਾਡੇ ਨਾਲ। ਅੱਜ ਜੇ 10% ਗੱਲਾਂ ਗਲਤ ਕੀਤੀਆਂ ਨੇ, ਕੱਲ੍ਹ ਨੂੰ 40% 'ਤੇ ਚਲੇ ਜਾਊ, ਪਰਸੋਂ ਨੂੰ 80% 'ਤੇ ਚਲੇ ਜਾਊ, ਜਿਹੜੇ ਜਿਵੇਂ ਉਹ ਬੰਦੇ ਚਾਹੁੰਦੇ ਨੇ ਮਗਰ ਬੈਠੇ ਨੇ, ਜੋ ਭਾਈ ਸਾਹਿਬ ਨੂੰ ਨਾਲ ਲਾਉਣਾ ਚਾਹੁੰਦੇ ਨੇ, ਠੀਕ ਆ ਜੀ, ਉਹਨਾਂ ਨੇ ਫਿਰ ਜਮੀ ਹਾਈਜੈਕ ਕਰ ਲੈਣਾ ਸਟੇਜ ਨੂੰ, ਫਿਰ ਕੀ ਕਰੇਂਗੇ ਉਹ? ਅਤੇ ਉਸ ਦੇ ਵਿੱਚ ਨੁਕਸਾਨ ਵਿੱਚੇ ਤਾਂ ਕੌਮ ਦਾ ਹੋਣਾ ਆ,
ਤੇ ਉਸ ਤੋਂ ਇਲਾਵਾ ਮੈਂ ਭਾਈ ਰਣਜੀਤ ਸਿੰਘ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਜੀ ਤੁਹਾਡਾ ਵੀ ਬਹੁਤ ਨੁਕਸਾਨ ਹੋਣਾ ਉਸ ਚੀਜ਼ ਦੇ ਨਾਲ ਜੇ ਤੁਸੀਂ ਉਹਦੀਆਂ ਗੱਲਾਂ ਨੂੰ ਹੋਰ ਆਪਣੇ ਵਿੱਚ ਐਡ ਕਰਦੇ ਚਲੇ ਗਏ ਆਪਣੇ ਪ੍ਰਚਾਰ ਦੇ ਵਿੱਚ ਤਾਂ ਇੱਕ ਦਿਨ ਅਜਿਹਾ ਹੋਣਾ ਇਹਨਾਂ ਨੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਹਾਡੇ ਖਿਲਾਫ਼ ਹੁਕਮਨਾਮਾ ਜਾਰੀ ਕਰਵਾ ਦੇਣਾ ਕਿ ਇਸ ਬੰਦੇ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਂਦਾ ਆ। ਮੈਂ ਸੱਚ ਕਹਿ ਰਿਹਾ ਹਾਂ, ਇਹ ਮਾਮਲਾ ਕੋਈ ਛੋਟਾ ਮੋਟਾ ਨਹੀਂ, ਕਾਫ਼ੀ ਸੀਰੀਅਸ ਹੋ ਗਿਆ ਹੈਗਾ, ਦੋ ਗੁੱਟਾਂ ਦਾ ਮਾਮਲਾ ਆ ਪਰ ਬਹੁਤ ਵੱਡਾ ਬਣ ਗਿਆ, ਬਹੁਤ ਵੱਡਾ ਮਾਮਲਾ ਬਣ ਗਿਆ। ਭਾਈ ਸਾਹਿਬ ਜੀ ਇਹਨਾਂ ਨੇ ਤੁਹਾਡੇ ਖਿਲਾਫ਼ ਹੁਕਮਨਾਮਾ ਜਾਰੀ ਕਰਵਾ ਦੇਣਾ ਆ ਅਤੇ ਜਦੋਂ ਹੁਕਮਨਾਮਾ ਜਾਰੀ ਹੋ ਗਿਆ ਤਾਂ ਅੱਜ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੀਵਾਨ ਰੁਕੇ ਨੇ, ਇਹਨਾਂ ਸਾਰੇ ਪਾਸੇ ਰੋਕ ਦੇਣੇ ਨੇ, ਫਿਰ ਕਿਤੇ ਨਹੀਂ ਹੋਣਾ ਹੈਗਾ। ਜਿਵੇਂ ਸਮਾਧਾਂ 'ਤੇ ਪਾਠ ਨਹੀਂ ਕਰ ਸਕਦੇ, ਫਰਜ਼ ਕਰ ਲਓ ਜਾ ਕੇ, ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਇਹੀ ਕਹਿੰਦੀ ਆ, ਸਮਾਧਾਂ 'ਤੇ ਜਾ ਕੇ ਪਾਠ ਨਹੀਂ ਕੀਤਾ ਜਾ ਸਕਦਾ, ਅਤੇ ਜੋ ਸਮਾਧਾਂ 'ਤੇ ਜਾ ਕੇ ਪਾਠ ਕਰਦੇ ਨੇ ਹੁਣ ਉਹਨਾਂ ਦੇ ਖਿਲਾਫ਼ ਨਾ ਇੱਕ ਹੁਕਮਨਾਮਾ ਜਾਰੀ ਹੋਇਆ ਆ ਅਕਾਲ ਤਖ਼ਤ ਸਾਹਿਬ ਤੋਂ। ਉਹ ਹੁਕਮਨਾਮਾ ਲੈ ਕੇ ਤੁਸੀਂ ਪੁਲਿਸ ਸਟੇਸ਼ਨ ਜਾਓ, ਪੁਲਿਸ ਵਾਲੇ ਤੁਹਾਡੇ ਨਾਲ ਅੜ ਕੇ ਖੜ੍ਹਦੇ ਨੇ ਉਹ ਬੰਦਿਆਂ 'ਤੇ, ਜਾਂ ਡਾਂਗਾ ਮਾਰ ਕੇ ਭਜਾਉਣੇ ਪੈਣ ਉਹ ਬੰਦਿਆਂ ਨੂੰ ਰੋਕਦੇ ਨੇ ਉਹ ਜਾ ਕੇ ਉੱਤੇ। ਤਾਂ ਆਪਣਾ ਜੋ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹ ਸਭ ਤੋਂ ਵੱਡੀ ਸੰਸਥਾ ਆ। ਜੇ ਭਾਈ ਸਾਹਿਬ ਜੀ, ਮੈਂ ਭਾਈ ਰਣਜੀਤ ਸਿੰਘ ਜੀ ਮੇਰੇ ਵੱਡੇ ਵੀਰ ਨੇ, ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਜੋ ਤੁਹਾਡੇ ਜੋ ਮਗਰ ਲਾ ਕੇ ਬੰਦੇ ਲੱਗ ਗਏ ਨਾ, ਜੋ ਗਲਤ ਬੰਦੇ ਤੁਹਾਨੂੰ ਗਾਈਡ ਕਰ ਰਹੇ ਨੇ ਮਗਰੋਂ, ਤੁਹਾਨੂੰ ਧੂਮੇ ਦਾ ਨਾਂ ਲੈ ਲੈ ਕੇ ਵਾਰ ਵਾਰ ਤੁਹਾਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਤੁਹਾਡੇ ਤੋਂ ਗਲਤ ਗੱਲਾਂ ਕੁਝ ਕਹਾਤੀਆਂ ਉਹਨਾਂ ਨੇ, ਜੇ ਤੁਸੀਂ ਹੋਰ ਇਸ ਤਰ੍ਹਾਂ ਕਰਦੇ ਰਹੇ, ਤੁਹਾਨੂੰ ਇਹਨਾਂ ਨੇ ਪੰਥ 'ਚੋਂ ਛੇਕ ਦੇਣਾ। ਸੰਗਤ ਕੁਛ ਨਹੀਂ, ਹੁਣ ਦੇਖ ਲਓ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਿੰਨੇ ਕੁ ਲੋਕ ਗਏ, ਕਿੰਨੀ ਕੁ ਸੰਗਤ ਗਈ ਉੱਥੇ ਧਰਨੇ 'ਤੇ, ਕੀ ਉੱਥੇ ਜਿੰਨੇ ਤੁਹਾਡਾ ਦੀਵਾਨ ਦੇਖਣ ਆਉਂਦੇ ਨੇ, ਇਹ ਲੱਖ ਬੰਦਾ ਜਾਂ 1.5 ਲੱਖ ਜਾਂ 2 ਲੱਖ ਜਿੰਨੇ ਵੀ ਹੁਣ, ਕੀ ਉੱਥੇ 1-2 ਲੱਖ ਬੰਦਾ ਪਹੁੰਚਿਆ ਤੁਹਾਡੇ ਲਈ? ਨਹੀਂ ਪਹੁੰਚਿਆ। 10,000 ਬੰਦਾ ਵੀ ਇਕੱਠਾ ਨਹੀਂ ਹੋਇਆ, 10,000 ਪੰਜ ਵੀ ਨਹੀਂ, 1,000 ਬੰਦਾ ਵੀ ਨਹੀਂ ਇਕੱਠਾ ਹੋਇਆ। ਭਾਈ ਸਾਹਿਬ ਜੀ ਜੇ ਹੁਕਮਨਾਮਾ ਇਹੋ ਜਿਹਾ ਜਾਰੀ ਹੋ ਗਿਆ, ਦੇਖੋ ਸੰਗਤ ਦਾ ਜੋ ਹਰੇਕ ਨੂੰ ਆਪਣੇ ਘਰ ਦੇ ਕੰਮ ਕਾਰ ਨੇ, ਉਹਨਾਂ ਦਾ ਮੇਨ ਕੰਮ ਸੰਗਤ ਦਾ ਪ੍ਰਚਾਰ ਸੁਣਨਾ ਹੀ ਨਹੀਂ ਹੈਗਾ ਮੇਨ ਕੰਮ, ਉਹਦੇ ਆਪਣੇ ਹੋਰ ਕੰਮਾਂ ਦੇ ਰੁਝੇਵੇਂ ਨੇ, ਉਹਨਾਂ ਨੇ ਹਰ ਸਮੇਂ ਨਹੀਂ ਤੁਹਾਡੇ ਨਾਲ ਆ ਕੇ ਖੜਨਾ। ਸੋ ਇਸ ਸਮੇਂ ਸਿਆਸਤ ਤੋਂ ਕੰਮ ਲਓ, ਜਿਵੇਂ ਟਕਸਾਲੀ ਵੀਰਾਂ ਨੇ ਕਿਹਾ ਤੁਹਾਨੂੰ ਵੀ ਕਹਿ ਰਹੇ ਹਾਂ, ਟਕਸਾਲੀ ਜੋ ਟਕਸਾਲ ਦੇ ਵਿਦਿਆਰਥੀ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ, ਕੋਈ ਵੱਡਾ ਧੜਾ ਨਹੀਂ ਹੈਗਾ, ਕੋਈ ਅਲੱਗ ਸਾਡੇ ਪੰਥ ਦੇ ਵਿੱਚ ਆ। ਅਤੇ ਭਾਈ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸਾਮ ਦਾਮ ਦੰਡ ਭੇਦ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਲਓ, ਮੌਕੇ ਦੀ ਨਜ਼ਾਕਤ ਸਮਝੋ। ਇੱਕ ਵਾਰ ਹੁਕਮਨਾਮਾ ਤੁਹਾਡੇ ਖਿਲਾਫ਼ ਜਾਰੀ ਹੋ ਗਿਆ, ਪੂਰੇ ਪੰਜਾਬ ਦੇ ਵਿੱਚ ਕਿਤੇ ਤੁਹਾਡਾ ਦੀਵਾਨ ਨਹੀਂ ਲੱਗਣਾ। ਅੱਜ ਪੁਲਿਸ ਤੁਹਾਨੂੰ ਸਿਕਿਉਰਿਟੀ ਦੇ ਰਹੀ ਹੈ, ਤੁਹਾਡੇ ਨਾਲ ਖੜੀ ਹੈ, ਕੱਲ੍ਹ ਨੂੰ ਤੁਹਾਡੇ ਖਿਲਾਫ਼ ਖੜੀ ਹੋਊਗੀ। ਫਿਰ ਉਹਨਾਂ ਕੋਲ ਸੋਰਸ ਬਹੁਤ ਨੇ ਜਿਹੜੇ ਬੰਦੇ ਤੁਹਾਡਾ ਵਿਰੋਧ ਕਰ ਰਹੇ ਨੇ, ਹੈਗੇ ਸਾਡੇ ਵੀਰ ਨੇ, ਪਰ ਆਪਾਂ ਜਿੱਦ ਨਹੀਂ ਕਰਨੀ। ਜਿਹੜੇ ਵੀਰ ਵਿਰੋਧ ਕਰ ਰਹੇ ਨੇ ਉਹਨੂੰ ਕਹਿਣਾ ਯਾਰ ਬੈਠ ਕੇ ਮਸਲਾ ਸੁਲਝਾ ਲਓ। ਹੋਰ ਜਿਵੇਂ ਕਿ ਭਾਈ ਸਾਹਿਬ ਨੇ ਕਹਿਤਾ ਕਿ ਜੋ ਵੱਖ ਵੱਖ ਸੰਪਰਦਾਵਾਂ ਨੇ ਉਹਨਾਂ 'ਚ ਪੰਥ ਦੀ ਇੱਕ ਮਰਿਆਦਾ ਕਿਉਂ ਨਹੀਂ ਲਾਗੂ ਹੈਗੀ, ਤੁਸੀਂ ਕਿਉਂ ਜਾਂਦੇ ਹੋ ਉੱਥੇ? ਪਹਿਲੀ ਗੱਲ ਕਹਿਣਾ ਚਾਹੁੰਦਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਾ ਤਾਂ ਕਦੇ ਕਿਸੇ ਸੰਪਰਦਾ ਦੇ ਖਿਲਾਫ਼ ਬੋਲੇ, ਨਾ ਉਹ ਉਹਨਾਂ ਇਨਸਾਨਾਂ ਦੇ ਖਿਲਾਫ਼ ਬੋਲੇ, ਲੀਡਰਾਂ ਦੇ ਖਿਲਾਫ਼ ਬੋਲੇ ਜੋ ਪੰਥ ਦੇ ਦੁਖੀ ਸੀਗੇ। ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਇਹਨਾਂ ਦੇ ਖਿਲਾਫ਼ ਬੋਲਦਾ, ਕਿਸੇ ਸੰਪਰਦਾ ਦੇ ਖਿਲਾਫ਼ ਬੋਲਦਾ ਜਾਂ ਪੰਥ ਦੁਖੀ ਕਿਸੇ ਲੀਡਰ ਦੇ ਖਿਲਾਫ਼ ਬੋਲਦਾ, ਜੋ ਕਿ ਉਹਦੇ ਨਾਲ ਵੀ ਤੁਰੇ ਫਿਰਦੇ ਸੀ, ਤਾਂ ਪੰਥ ਦੇ ਵਿੱਚ ਰੌਲਾ ਘਚੌਲਾ ਪੈ ਜਾਣਾ ਆ। ਜੋ ਆਮ ਲੋਕ ਹੁੰਦੇ ਨੇ ਕਿਸੇ ਬੰਦੇ ਦੇ ਨਾਲ ਜੁੜੇ ਹੁੰਦੇ ਨੇ, ਉਹਨੂੰ ਅਸਲੀਅਤ ਦਾ ਪਤਾ ਨਹੀਂ ਹੁੰਦਾ, ਸੋ ਉਹ ਕਹਿੰਦੇ ਨੇ ਸਾਡੇ ਬੰਦੇ ਨਾਲ ਧੱਕਾ ਹੋ ਰਿਹਾ, ਸਾਡੇ ਬੰਦੇ ਖਿਲਾਫ਼ ਬਿਆਨਬਾਜ਼ੀ ਕਰਤੀ, ਉਹਨੂੰ ਅਸਲ ਗੱਲ ਦਾ ਪਤਾ ਨਹੀਂ ਹੁੰਦਾ, ਸੋ ਉਹ ਬੰਦੇ ਵਿਰੋਧ 'ਚ ਖੜੇ ਹੋ ਜਾਂਦੇ ਨੇ ਜੋ ਮਗਰ ਇੰਨੀ ਸੰਗਤ ਹੁੰਦੀ ਆ। ਸੰਪਰਦਾਵਾਂ ਨੇ ਅਸੀਂ ਇਹਨਾਂ ਨੂੰ ਖਤਮ ਨਹੀਂ ਕਰ ਸਕਦੇ, ਸਭ ਸਤਿਕਾਰਯੋਗ ਨੇ, ਹਰੇਕ ਸੰਪਰਦਾ ਦੀ ਆਪਣੀ ਮਰਿਆਦਾ ਆ, ਉਹਨਾਂ ਨੂੰ ਉਸ ਤਰੀਕੇ ਨਾਲ ਚੱਲਣ ਦਿਉ, ਆਪਾਂ ਪੰਥ ਨੂੰ ਜੋੜਨਾ ਆ, ਆਪਾਂ ਤੋੜਨਾ ਨਹੀਂ। ਸੋ ਭਾਈ ਸਾਹਿਬ ਜੀ ਜਿਹੜੇ ਤੁਹਾਡੇ ਮਗਰ ਬੰਦੇ ਲੱਗੇ ਹੋਏ ਨੇ, ਜੋ ਕਹਿ ਲਓ ਪੰਥ ਨੂੰ ਖੋਰਾ ਲਾਉਣਾ ਚਾਹੁੰਦੇ ਨੇ, ਉਹਨਾਂ ਦੀਆਂ ਗੱਲਾਂ ਨਾ ਸੁਣੋ ਕਿਰਪਾ ਕਰਕੇ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਇੱਕ ਪੂਰਨ ਗੁਰਸਿੱਖ ਹੋਏ ਨੇ, ਉਹਨਾਂ ਨੇ ਇਹ ਕੰਮ ਕੀਤਾ ਆ ਕਿ ਕਿਸੇ ਸੰਪਰਦਾ ਦੇ ਕਦੇ ਖਿਲਾਫ਼ ਨਹੀਂ ਬੋਲੇ। ਜੋ ਗੱਲ ਆ ਗਾਂ ਆ ਵੀਰ ਇੱਕ ਕਹਿੰਦਾ ਕਹਿੰਦਾ ਤਾਂ ਕੀ ਹੋ ਜੂਗਾ ਉਹ ਭਰਾਵਾ ਭਾਵੇਂ ਮਾਰ ਵੀ ਦੇਣ, ਇਹੀ ਤਾਂ ਸਾਡੇ 'ਚ ਕਮੀ ਆ। ਬੰਦਾ ਮਰ ਗਿਆ ਫਿਰ ਮਗਰ ਕੀ ਕਰ ਲਿਓ, ਫਿਰ ਕੀ ਛੁਣਛਣਾ ਫੜਨਾ ਮਗਰੋਂ? ਅੱਜ ਬੰਦੇ ਕੋਲ ਨਾਲ ਇੰਨੇ ਜਣੇ ਜੁੜੇ ਹੋਏ ਨੇ, 2-3 ਲੱਖ ਬੰਦਾ ਜਾ ਕੇ ਇੱਕ ਵਾਰ ਸੁਣ ਰਿਹਾ ਆ, ਉਹ ਬੰਦੇ ਨੂੰ ਚੰਗੇ ਪਾਸੇ ਜੇ ਆਪਾਂ ਥੋੜ੍ਹਾ ਜਿਹਾ ਕਿਸੇ ਥਿੜਕ ਗਿਆ ਕਿਤੇ, ਕੋਈ ਇਮੋਸ਼ਨਲੀ ਕੋਈ ਬਲੈਕਮੇਲ ਕਰਕੇ, ਕੋਈ ਸਾਥੀ ਦਾ ਕਤਲ ਹੋਣ ਕਰਕੇ ਕੋਈ ਬੰਦਾ ਉਹਨੂੰ ਗਲਤ ਪਾਸੇ ਲੈ ਗਿਆ, 10% ਗਲਤ ਗੱਲਾਂ ਕਹਾਤੀਆਂ, ਪਰ ਸਾਡਾ ਫਰਜ਼ ਬਣਦਾ ਸੀ ਉਹਨੂੰ ਨਾਲ ਜੁੜੀਏ, ਨਾ ਕਿ ਉਸੇ ਤਰੀਕੇ ਨਾਲ ਉਹਨੂੰ ਕਹੀਏ ਹਾਂਜੀ ਚੱਕਣ ਤੋਂ ਚੱਕੀ ਚੱਲੋ ਫੱਟੇ, ਚੱਕੀ ਚੱਲੋ ਫੱਟੇ, ਨਾ ਸਾਡੇ ਵੀਰ ਦਾ ਨੁਕਸਾਨ ਹੋ ਜੂਗਾ, ਆਪਾਂ ਆਹ ਕੰਮ ਨਹੀਂ ਕਰਨਾ। ਆਪ ਭਾਈ ਨੇ ਕਿਹਾ ਕਹਿੰਦਾ ਭਾਈ ਰਣਜੀਤ ਸਿੰਘ ਤੋਂ ਗਲਤ ਕਰਵਾਉਣਾ ਕਦੀੜਾਂ ਨੇ। ਹਾਂਜੀ
ਆਹ ਵੀਰ ਨੇ ਸਹੀ ਕਮੈਂਟ ਕੀਤਾ, ਉਹ ਬੰਦੇ ਗਲਤ ਨੇ ਮਗਰ ਜੋ ਗਾਈਡ ਕਰ ਰਹੇ ਨੇ। ਜੋ ਗੱਲ ਚੱਲ ਰਹੀ ਹੈ ਸੰਪਰਦਾਵਾਂ ਦੀ, ਹਾਂਜੀ ਭਾਈ ਸਾਹਿਬ ਨੇ ਉੱਥੇ ਕਹਿਤਾ ਕਿ ਜੋ ਪੰਥ ਦੀ ਮਰਿਆਦਾ ਆ ਉਹ ਲਾਗੂ ਕੀਤੀ ਜਾਵੇ, ਅਤੇ ਇੱਕ ਸੰਗਤ ਨੂੰ ਇੱਥੇ ਸਪਸ਼ਟ ਗੱਲ ਕਰ ਦੇਣਾ, ਕਹਿ ਦੇਣਾ ਚਾਹੁੰਦਾ ਕਿ ਇਸ ਸਮੇਂ ਮੌਜੂਦਾ ਸਮੇਂ ਆਪਣੇ ਸਿੱਖ ਧਰਮ ਦੇ ਕੋਲ ਕੋਈ ਇੱਕ ਪੱਕੀ ਮਰਿਆਦਾ ਨਹੀਂ ਹੈਗੀ, ਬਿਲਕੁਲ ਨਹੀਂ ਹੈਗੀ। ਜੋ ਅਕਾਲ ਤਖਤ ਸਾਹਿਬ ਤੋਂ ਜੋ ਖਰੜਾ ਛਾਪਿਆ ਗਿਆ ਆ ਉਹ ਜਸਟ ਇੱਕ ਖਰੜਾ ਆ, ਉਹ ਪੇਸ਼ ਕੀਤਾ ਗਿਆ ਸੀਗਾ 20ਵੀਂ ਸਦੀ ਦੇ ਅੱਧ ਦੇ ਵਿੱਚ ਅਕਾਲ ਤਖਤ ਸਾਹਿਬ ਵਿਖੇ ਬਹੁਤ ਸਾਰੇ ਵਿਦਵਾਨਾਂ ਨੇ ਇਕੱਠੇ ਹੋ ਕੇ ਵਿਚਾਰ ਕਰਕੇ, ਸੰਪਰਦਾਵਾਂ ਨੇ ਉਹ ਖਰੜਾ ਤਿਆਰ ਕੀਤਾ ਸੀ। ਖਰੜਾ ਤਿਆਰ ਕਰਕੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤਾ ਗਿਆ ਸੀ ਕਿ ਇਹਨੂੰ ਆਪਾਂ ਪੰਥ ਦੀ ਮਰਿਆਦਾ ਬਣਾ ਦਈਏ, ਜਦ ਕਿ ਉਹਦੇ ਵਿੱਚ ਲਿਖਿਆ ਹੋਇਆ ਕਿ 3 ਬਾਣੀਆਂ ਪੜ੍ਹੋ, 5 ਦੀ ਬਜਾਏ 3 ਬਾਣੀਆਂ ਦਾ ਪਾਠ ਕਰੋ। ਉਹਦੇ ਵਿੱਚ ਕਮੀਆਂ ਨੇ ਬਹੁਤ, ਉਹ ਖਰੜਾ ਖਰੜਾ ਹੀ ਰਹਿ ਗਿਆ। ਉਹਦੇ ਲਈ ਮੀਟਿੰਗ ਹੋਈ, ਵਿਚਾਰਾਂ ਹੋਈਆਂ, ਰੌਲਾ ਪੈ ਗਿਆ, ਉਸ ਤੋਂ ਬਾਅਦ ਵਿੱਚ ਫੈਸਲਾ ਕੀਤਾ ਗਿਆ ਕਿ ਹੁਣ ਦੁਬਾਰਾ ਮੀਟਿੰਗ ਰੱਖੀ ਜਾਊਗੀ, ਫਿਰ ਫੈਸਲਾ ਲਿਆ ਜਾਊਗਾ। ਪਰ ਉਹ ਮੀਟਿੰਗ ਦੁਬਾਰਾ ਕਦੇ ਵੀ ਨਹੀਂ ਹੋਈ, ਉਹ ਜਸਟ ਇੱਕ ਖਰੜਾ ਆ। ਕੁਝ ਸ਼ਰਾਰਤੀ ਅਨਸਰਾਂ ਨੇ ਉਸਨੂੰ ਛਾਪ ਛਾਪ ਕੇ ਕਹਿਤਾ ਜੀ ਇਹ ਪੰਥ ਦੀ ਮਰਿਆਦਾ ਆ, ਨਾ ਜੀ ਇਹ ਪੰਥ ਦੀ ਮਰਿਆਦਾ ਨਹੀਂ ਹੈਗੀ, ਜੋ ਉਹ ਜਸਟ ਇੱਕ ਖਰੜਾ ਆ। ਜੋ ਸਾਨੂੰ ਪੰਜ ਪਿਆਰੇ ਦੱਸਦੇ ਨੇ, ਜੋ ਗੁਰੂ ਸਾਹਿਬ ਦਾ ਹੁਕਮ ਆ ਕਿ ਅਸੀਂ 5 ਬਾਣੀਆਂ ਦਾ ਪਾਠ ਕਰਨਾ, ਉਹ ਖਰੜਾ ਕਹਿੰਦਾ 3 ਬਾਣੀਆਂ ਦਾ ਪਾਠ ਕਰੋ, ਅਸੀਂ ਕਿਵੇਂ ਮੰਨ ਲਈਏ ਉਹਨੂੰ ਪੰਥ ਦੀ ਮਰਿਆਦਾ ਆ ਉਹ। ਸੋ ਜਿਹੜੇ ਇਹ ਮਾਮਲੇ ਨੇ ਕਿਸੇ ਸੰਪਰਦਾਵਾਂ ਸੰਬੰਧੀ, ਜਾਂ ਸਾਡੇ ਜੋ ਪੁਰਾਤਨ ਗ੍ਰੰਥ ਨੇ ਸੂਰਜ ਪ੍ਰਕਾਸ਼ ਜਾਂ ਹੋਰ ਸਰਵ ਲੋਕ, ਉਹ ਗ੍ਰੰਥ ਹੋ ਗਏ ਜਾਂ ਗੋਰੇ ਇਤਿਹਾਸ ਹੋ ਗਿਆ, ਇਹ ਜੋ ਚੀਜ਼ਾਂ ਨੇ ਇਹਨਾਂ ਨੂੰ ਆਮ ਸੰਗਤ ਦੇ ਵਿੱਚ ਪ੍ਰਚਾਰਨਾ ਗਲਤ ਆ। ਅਸਲ ਦੇ ਵਿੱਚ ਇਹ ਜੋ ਮਾਮਲੇ ਨੇ ਇਹਨਾਂ ਨੂੰ ਜਦੋਂ ਪੂਰਾ ਖਾਲਸਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋ ਗਿਆ, ਤਾਂ ਸਾਰੇ ਵਿਚਾਰਕ ਜੋ ਵਿਦਵਾਨ ਨੇ ਉਹ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੈਠ ਕੇ ਵਿਚਾਰ ਕੇ ਇਹਨਾਂ ਮਸਲਿਆਂ ਨੂੰ ਹੱਲ ਕਰਨਗੇ। ਜਿੰਨੇ ਵੀ ਮਸਲੇ ਨੇ ਜਿਨ੍ਹਾਂ ਨਾਲ ਵਿਗਾੜ ਪੈਂਦਾ ਪੰਥ ਦੇ ਵਿੱਚ, ਉਹਨਾਂ ਨੂੰ ਸਟੇਜਾਂ ਦੇ ਪ੍ਰਚਾਰਨਾ ਠੀਕ ਗੱਲ ਨਹੀਂ ਹੈਗੀ। ਭਾਈ ਸਾਹਿਬ ਨੂੰ ਗਲਤ ਪਾਸੇ ਨੂੰ ਮੋਟੀਵੇਟ ਕੀਤਾ ਜਾ ਰਿਹਾ, ਉਹਦੇ ਮਗਰ ਗਲਤ ਬੰਦੇ ਨੇ। ਠੀਕ ਆ ਜੀ, ਮੈਂ ਸਪੋਰਟ ਕਰਦਾ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਨੂੰ, ਅਤੇ ਜੋ ਉਹਦੇ ਦੀਵਾਨ ਰੱਦ ਕੀਤੇ ਗਏ ਨੇ ਬਹੁਤ ਗਲਤ ਹੋਇਆ ਆ। ਭਾਈ ਸਾਹਿਬ ਨੇ ਜੇ 5-7 ਗੱਲਾਂ ਗਲਤ ਬੋਲਤੀਆਂ, ਮੰਨਦੇ ਹਾਂ ਠੀਕ ਆ, ਸਾਬਤ ਹੁੰਦਾ ਕਿ ਉਹ ਗੱਲਾਂ ਠੀਕ ਆ ਗਲਤ ਹੋ ਗਈਆਂ, ਪਰ ਯਾਰ ਉਹਦੇ ਪਿੱਛੇ ਜੋ ਬਾਕੀ ਜੋ 90% ਪ੍ਰਚਾਰ ਆ ਉਹਨੂੰ ਆਪਾਂ ਕਿਵੇਂ ਠੁੱਡੇ ਮਾਰ ਸਕਦੇ ਹਾਂ। ਗੁਰਮਤ ਦਾ ਪ੍ਰਚਾਰ ਗੁਰੂਆਂ ਦੀ ਧਰਤੀ 'ਤੇ ਰੋਕਿਆ ਜਾ ਰਿਹਾ ਆ। ਭਾਈ ਸਾਹਿਬ ਨਾਲ ਵਿਚਾਰ ਕਰੋ, ਅਤੇ ਭਾਈ ਸਾਹਿਬ ਦਾ ਵੀ ਜੋ ਧੜਾ ਆ ਉਹਨੂੰ ਵੀ ਮੇਰੀ ਬੇਨਤੀ ਆ ਕਿ ਜੇ ਆਪਾਂ ਸਹੀ ਹਾਂ ਆਪਣੇ ਤਾਂ ਕੋਈ ਐਲੀਗੇਸ਼ਨ ਲੱਗ ਰਿਹਾ, ਆਪਾਂ ਵਿਚਾਰ ਕਰੋ ਕਿ ਆਓ ਬੈਠੋ। ਹੁਣ ਦਾਸ ਲੱਚਰ ਦਾ ਖਿਲਾਫ ਕਾਰਜ ਕਰ ਰਿਹਾ, ਕਰ ਲਵੇ ਜਿਹਨੇ ਵਿਚਾਰ ਕਰਨਾ, ਆਵੇ ਬੈਠੇ ਕਰੇ ਗੱਲ। ਆਪਾਂ ਇਹ ਨਹੀਂ ਕਹਿਣਾ ਕਿ ਸਾਡੇ ਨਾਲ, ਸਾਡੇ ਤਾਂ ਦੀਵਾਨ 2 ਲੱਖ ਬੰਦਾ ਦੇਖਦਾ ਜਾਂ 3 ਲੱਖ ਦੇਖਦਾ, ਅਸੀਂ ਨਹੀਂ ਤੁਹਾਡੀ 10-15 ਜਣਿਆਂ ਦੀ ਸੁਣਨੀ ਜਾਂ 20 ਜਣਿਆਂ ਦੀ ਸੁਣਨੀ ਜਾਂ 50 ਜਣਿਆਂ ਦੀ ਸੁਣਨੀ, ਨਹੀਂ। ਇੱਕ ਬੰਦਾ ਵੀ ਜੇ ਕਹਿੰਦਾ ਆ ਕਿ ਆਹ ਭਾਈ ਤੁਸੀਂ ਆਹ ਗੱਲ ਗਲਤ ਕਹੀ ਆ, ਤਾਂ ਉਹਦੇ ਨਾਲ ਬੈਠ ਕੇ ਵਿਚਾਰ ਕਰੋ, ਗੱਲ ਦਾ ਨਿਵਾਰਨ ਹੋ ਜਾਊਗਾ। ਪਰ ਆਪਾਂ ਜੇ ਅੜੀ 'ਤੇ ਆ ਗਏ ਤਾਂ ਕੰਮ ਖਰਾਬ ਹੋ ਜਾਊਗਾ। ਭਾਈ ਸਾਹਿਬ ਜੀ ਆ ਵੀ, ਹਾਂਜੀ ਆ ਵੀਰ ਕਹਿੰਦਾ ਬਹੁਤ ਲੋਕਾਂ ਨੂੰ, ਕਹਿੰਦਾ ਲੋਕਾਂ ਨੇ ਇਤਿਹਾਸ ਨਹੀਂ ਪੜ੍ਹਿਆ, ਨਾ ਲੋਕਾਂ ਨੂੰ ਗੁਰਬਾਣੀ ਦਾ ਪਤਾ। ਉਹ ਜੋ ਵੀ ਕੋਈ ਵੀ ਬੰਦਾ, ਚਾਹੇ ਪੰਥ ਦੁਖੀ ਹੋਵੇ ਭਾਵੇਂ ਪੰਥ ਦਾ ਸਾਥੀ ਆ, ਜੋ ਸਟੇਜ 'ਤੇ ਬੋਲ ਦਿੰਦਾ ਲੋਕ ਉਵੇਂ ਸੁਣ ਕੇ ਤੁਰ ਪੈਂਦੇ ਨੇ, ਆਪਦੀ ਖੁਦ ਦੀ ਸਟੱਡੀ ਨਹੀਂ ਹੈਗੀ। ਮੇਨ ਗੱਲ ਇਹੀ ਆ ਕਿ ਭਾਈ ਸਾਹਿਬ ਤੋਂ ਠੀਕ ਆ 10% ਗੱਲਾਂ ਗਲਤ ਹੋਈਆਂ ਨੇ, ਪਰ ਉਹ 10% ਗੱਲਾਂ ਨੇ, ਉਹ ਗੱਲਾਂ ਹੀ ਨੇ, ਉਹਨਾਂ ਨੂੰ ਭਾਈ ਸਾਹਿਬ ਮਾਫ਼ੀ ਮੰਗ ਕੇ ਖਤਮ ਕਰ ਸਕਦੇ ਨੇ। ਮੇਰੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਬੇਨਤੀ ਆ ਹੱਥ ਜੋੜ ਕੇ, ਅਤੇ ਭਾਈ ਸਾਹਿਬ ਜੀ ਉਹ ਜਿਹੜੀਆਂ 10% ਗੱਲਾਂ ਹੋਈਆਂ ਨੇ, ਹਾਂਜੀ ਇੱਕ ਗੱਲ ਹੋਰ ਹੋਈ ਆ, ਇਹਨਾਂ ਨੇ ਕਹਿਤਾ ਕਿ ਜੋ ਗੁਰੂ ਤੇਗ ਬਹਾਦਰ ਜੀ ਸੀਗੇ ਉਹਨਾਂ ਨੇ 26 ਸਾਲ ਭਗਤੀ ਨਹੀਂ ਕੀਤੀ, 26 ਸਾਲ 9 ਮਹੀਨੇ ਜੋ ਵੀ ਆ, ਅਤੇ ਉਹਦੇ ਸੰਬੰਧੀ ਇਨ ਕਹਿ ਦਿੱਤਾ ਗਿਆ ਆਪਣੇ ਇੱਕ ਆਪਣੇ ਵੀਰ ਨੇ, ਸਾਡੇ ਉਹ ਵੀ ਬਹੁਤ ਜ਼ਿਆਦਾ ਸਤਿਕਾਰਯੋਗ ਵੀਰ ਨੇ, ਚੰਡੀਗੜ੍ਹ ਤੋਂ ਪ੍ਰਚਾਰਕ ਨੇ, ਮੈਨੂੰ ਨਾਮ ਨਹੀਂ ਚੇਤੇ ਆ ਰਿਹਾ। ਉਹਨਾਂ ਨੇ ਕਹਿਤਾ ਜੀ ਆਹ ਕਿਤਾਬਾਂ ਨੇ, ਫਲਾਣੀਆਂ ਫਲਾਣੀਆਂ ਕਿਤਾਬਾਂ, ਉਹਨਾਂ ਦੇ ਵਿੱਚ ਆਹ ਚੀਜ਼ ਲਿਖੀ ਗਈ ਆ, ਜਦ ਕਿ ਉਹ ਸਾਰੀਆਂ ਕਿਤਾਬਾਂ ਫੋਲ ਕੇ ਦਿਖਾਈਆਂ ਗਈਆਂ ਨੇ। ਉਹਨਾਂ ਕਿਤਾਬਾਂ ਵਿੱਚ ਕਿਤੇ ਨਹੀਂ ਲਿਖਿਆ ਗਿਆ ਕਿ ਭਗਤੀ ਇੰਨੇ ਟਾਈਮ ਨਹੀਂ ਕੀਤੀ, ਭੋਰੇ 'ਚ ਨਹੀਂ ਬੈਠੇ ਗੁਰੂ ਸਾਹਿਬ, ਕਿਤੇ ਨਹੀਂ ਲਿਖਿਆ। ਔਰ ਸਾਰੀਆਂ ਦੇ ਵਿੱਚ ਇਹੀ ਲਿਖਿਆ ਗਿਆ ਕਿ ਹਾਂਜੀ 26 ਸਾਲ 9 ਮਹੀਨੇ ਜੋ ਵੀ ਟਾਈਮ ਹੈਗਾ ਉਹ ਸਾਰੀਆਂ 'ਚ ਉਹੀ ਲਿਖਿਆ ਗਿਆ ਆ। ਉਹਨਾਂ 'ਚ ਇਹ ਲਿਖਿਆ ਗਿਆ ਗੁਰੂ ਸਾਹਿਬ ਉਸ ਸਮੇਂ ਜੇ ਕਿਤੇ ਗਏ ਤਾਂ ਉੱਥੇ ਵੀ ਗਾਂਹ ਭੋਰਾ ਹੀ ਬਣਿਆ ਹੋਇਆ, ਉੱਥੇ ਹੀ ਭੋਰੇ ਜਾ ਕੇ ਭਗਤੀ ਕੀਤੀ। ਭਾਈ ਸਾਹਿਬ ਨੂੰ ਤੋਂ ਦੇਖੋ ਇੱਥੋਂ ਤੱਕ ਹੱਦ ਤੱਕ ਕਿ 98% ਜੋ ਸੋਰਸ ਨੇ ਉਹ ਇਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਭੋਰੇ 'ਚ ਵੀ ਇੰਨਾ ਟਾਈਮ 26 ਸਾਲ ਭਗਤੀ ਨਹੀਂ ਕੀਤੀ, ਜਦਕਿ ਭਾਈ ਸਾਹਿਬ
ਨੇ ਜੇ ਖੁਦ ਭੁੱਖ ਪੜਤਾਲ ਕੀਤੀ ਹੁੰਦੀ, ਉਹ ਆਪਣੀ ਜੁੰਡਲੀ ਦੇ ਮਗਰ ਨਾ ਲੱਗਦੇ ਜੋ ਉਹਨਾਂ ਦੇ ਮਗਰ ਆ ਕੇ ਉਹਨੂੰ ਗਲਤ ਗਾਈਡ ਕਰ ਰਹੀ ਹੈ, ਉਹਨਾਂ ਦੇ ਭੋਲੇਪਣ ਦਾ, ਮੈਂ ਤਾਂ ਇਹੀ ਕਹੂੰਗਾ ਉਹਨਾਂ ਦੇ ਭੋਲੇਪਣ ਦਾ, ਉਹਨਾਂ ਨੂੰ ਇਮੋਸ਼ਨਲੀ ਬਲੈਕ ਕਰਕੇ ਜੋ ਫਾਇਦਾ ਲੈ ਰਹੇ ਨੇ, ਉਹਨਾਂ ਨੇ ਬਹੁਤ ਗਲਤ, ਠੀਕ ਆ ਜੀ, ਗਲਤ ਕਹਾਇਆ ਭਾਈ ਸਾਹਿਬ ਤੋਂ, ਉਹ ਵੀ ਇਤਿਹਾਸਿਕ ਪੱਖ ਤੋਂ ਗੱਲ ਗਲਤ ਹੋ ਗਈ, ਠੀਕ ਆ ਮੰਨਦੇ ਹਾਂ ਇਹ ਵੀ ਗੱਲ ਗਲਤ ਹੋ ਗਈ, ਬਾਕੀ ਸਵੇਰੇ ਜੋ ਨਿਤਨੇਮ ਕਰਨਾ ਆ ਉਸ ਸੰਬੰਧੀ ਵੀ ਭਾਈ ਸਾਹਿਬ ਤੋਂ, ਉਹ ਜੋ ਭਾਈ ਸਾਹਿਬ ਨੇ ਗੱਲਾਂ ਕਹੀਆਂ ਸਾਰੀਆਂ ਪੰਥ ਦੋਖੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਇਹ ਸਾਰੀਆਂ। ਮੈਂ ਪਹਿਲਾਂ ਵੀ ਕਿਹਾ ਕਿ ਭਾਈ ਸਾਹਿਬ ਨਾ ਕੋਈ ਸਕਾਲਰ ਨੇ, ਹਿਸਟੋਰੀਅਨ ਨੇ, ਨਾ ਕੋਈ ਮਹਾਂਪੁਰਸ਼ ਨੇ, ਸੋ ਇਹਦੇ ਆਤਮਿਕਤਾ ਦੀ ਜਾਣਕਾਰੀ ਦੇ ਲਈ ਅਤੇ ਹਿਸਟਰੀ ਦੀ ਜਾਣਕਾਰੀ ਦੇ ਲਈ ਉਹਨਾਂ ਨੂੰ ਬਾਕੀਆਂ ਦੀਆਂ ਕਿਤਾਬਾਂ 'ਤੇ ਡਿਪੈਂਡ ਰਹਿਣਾ ਪੈਂਦਾ, ਅਤੇ ਭਾਈ ਸਾਹਿਬ ਅੱਜ ਕੱਲ੍ਹ ਗਲਤ ਜੁੰਡਲੀ ਦੀਆਂ ਕਿਤਾਬਾਂ ਪੜ੍ਹ ਰਹੇ ਨੇ। ਜਿੰਨੀਆਂ ਵੀ ਗੱਲਾਂ ਭਾਈ ਸਾਹਿਬ ਨੇ ਕਹੀਆਂ ਨੇ, ਭਾਵੇਂ ਅੰਮ੍ਰਿਤ ਵੇਲੇ ਦੀ ਗੱਲ ਕਰ ਲਈਏ, ਜੋ ਗੁਰੂ ਦਾ ਹੁਕਮ ਆ ਸਿਰ ਮੱਥੇ ਆ, ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸੀ ਕਿ ਮੁਰਦਾ ਪਿਆ ਖਾਓ, ਉਹ ਕਹਿੰਦੇ ਠੀਕ ਆ ਜੀ ਸਿਰ ਵੱਲੋਂ ਖਾਵਾਂ ਜਾਂ ਪੈਰ ਵੱਲੋਂ, ਜੋ ਗੁਰੂ ਦਾ ਹੁਕਮ ਆ ਉਹ ਸਿਰ ਮੱਥੇ ਆ, ਉਹਦੇ 'ਤੇ ਤਰਕ ਵਿਤਰਕ ਨਹੀਂ ਕਰਨਾ। ਅਤੇ ਗੁਰਬਾਣੀ ਦੇ ਵਿੱਚ ਵੀ ਥਾਂ ਥਾਂ ਲਿਖਿਆ ਗਿਆ, ਥਾਂ ਥਾਂ ਲਿਖਿਆ ਗਿਆ ਕਿ ਅੰਮ੍ਰਿਤ ਵੇਲਾ ਹੈ ਨਾ ਜੋ ਉਹ ਬਾਣੀ ਦੇ ਲਈ ਪਰਫੈਕਟ ਆ ਸਭ ਤੋਂ ਵੱਧ। ਊਂ ਤਾਂ ਅਸੀਂ ਬਾਣੀ ਪੂਰਾ ਦਿਨ ਪੜ੍ਹਦੇ ਰਹੀਏ ਉੰਨੀਓ ਥੋੜ੍ਹੀ ਆ, ਜਿੰਨੀ ਬਾਣੀ ਪੜ੍ਹੀਏ ਉੰਨੀਓ ਥੋੜ੍ਹੀ ਆ, ਠੀਕ ਆ ਜੀ, ਪਰ ਜੋ ਗੁਰੂ ਦਾ ਹੁਕਮ ਆ, ਜੋ ਅੰਮ੍ਰਿਤ ਵੇਲਾ ਜੋ ਉਸ ਸਮੇਂ ਜੋ ਮਨ ਟਿਕਦਾ ਨਾ ਬਾਣੀ ਦੇ ਵਿੱਚ ਇਕਾਗਰ ਹੁੰਦਾ, ਉਹਦੀ ਰੀਸ ਨਹੀਂ ਹੈਗੀ, ਗੁਰਬਾਣੀ ਦੇ ਵਿੱਚ ਇਸ ਸੰਬੰਧੀ ਲਿਖਿਆ ਗਿਆ। ਅਤੇ ਭਾਈ ਸਾਹਿਬ ਤੋਂ ਜੋ ਇਹ ਗੱਲ ਕਹੀ ਗਈ ਹੈ, ਇਹ ਪੰਥ ਦੁਖੀਆਂ ਦੀਆਂ ਕਿਤਾਬਾਂ 'ਚ ਲਿਖੀ ਹੋਈ ਹੈ ਗੱਲ ਇਹ, ਭਾਈ ਸਾਹਿਬ ਮੈਂ ਵਾਰ ਵਾਰ ਹੀ ਗੱਲ ਕਹਿ ਰਿਹਾ, ਭਾਈ ਸਾਹਿਬ ਨੂੰ ਇਮੋਸ਼ਨਲੀ ਬਲੈਕ ਕਰਕੇ, ਜਦੋਂ ਉਹਦਾ ਨਾਲ ਦਾ ਬੰਦੇ ਦਾ ਕਤਲ ਹੋਇਆ ਉਹਨੂੰ ਇਮੋਸ਼ਨਲੀ ਬਲੈਕ ਕਰਕੇ ਪੰਥ ਦੁਖੀਆਂ ਨੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਉਹਨਾਂ ਤੋਂ ਗਲਤ ਗੱਲਾਂ ਕਹਾਈਆਂ ਨੇ, ਭਾਈ ਸਾਹਿਬ ਦੇ ਭੋਲੇਪਣ ਦਾ ਫਾਇਦਾ ਉਠਾਇਆ ਗਿਆ। ਸੋ ਇਸ ਸਮੇਂ ਸਾਡਾ ਫਰਜ਼ ਬਣਦਾ, ਅਸੀਂ ਵਿਰੋਧ ਕਰਨ ਦੀ ਬਜਾਏ ਭਾਈ ਸਾਹਿਬ ਨਾਲ ਵਿਚਾਰ ਕਰੀਏ, ਪਿਆਰ ਨਾਲ ਜਾ ਕੇ ਮਿਲੀਏ ਉਹਨਾਂ ਨੂੰ, ਕਹੀਏ ਕਿ ਭਾਈ ਸਾਹਿਬ ਜੀ ਵਿਚਾਰ ਰੱਖੋ ਆਪਣਾ, ਪੰਥ ਦੇ ਵਿੱਚ ਖਲਾਰਾ ਪੈ ਰਿਹਾ ਆ, ਇਨ ਫਿਊਚਰ ਭਾਈ ਸਾਹਿਬ ਨੂੰ ਇਹ ਤੰਗ ਕਰਨਗੇ, ਭਾਈ ਸਾਹਿਬ ਨੂੰ ਇਹ ਵਿਚਾਲੇ ਕਾਲ ਆਉਣ ਲੱਗ ਗਈ ਸੀ, ਮਾਫ਼ ਕਰਨਾ, ਭਾਈ ਸਾਹਿਬ ਨੂੰ ਇਨ ਫਿਊਚਰ ਇਹ ਤੰਗ ਕਰਨਗੇ, ਕੰਮ ਖਰਾਬ ਹੋਊਗਾ ਫਿਰ, ਠੀਕ ਹੈ ਜੀ, ਮਾਫ਼ ਕਰਨਾ, ਦੋ ਵਾਰ ਕਾਲ ਆ ਗਈ ਵਿਚਾਲੇ। ਸੋ ਇਸ ਸਮੇਂ ਆਪਣੇ ਭਾਈ ਦੇ ਨਾਲ ਅਸੀਂ ਨਾਲ ਖੜੀਏ, ਭਾਈ ਦੇ ਨਾਲ ਵਿਚਾਰ ਕਰੀਏ, ਇਹ ਤਾਂ ਕਿ ਜੋ ਪੰਥ ਦੁਖੀ ਨੇ ਜੋ ਭਾਈ ਸਾਹਿਬ ਦਾ ਗਲਤ ਫਾਇਦਾ ਉਠਾ ਰਹੇ ਨੇ ਉਹਨਾਂ ਤੋਂ ਭਾਈ ਸਾਹਿਬ ਨੂੰ ਦੂਰ ਲਿਆਂਦਾ ਜਾ ਸਕੇ। ਮੈਂ ਭਾਈ ਸਾਹਿਬ ਦੀ ਦਾਤ ਦਿੰਦਾ, ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜੋ ਪੰਥ ਦੁਖੀ ਜਿਹੜੇ ਹਿਸਾਬ ਨਾਲ ਭਾਈ ਸਾਹਿਬ ਦੇ ਆਲੇ ਦੁਆਲੇ ਆ ਕੇ ਬੈਠੇ ਨੇ, ਜਿਹੜੇ ਹਿਸਾਬ ਨਾਲ ਉਹਨੇ ਜਕੜਿਆ ਆ ਭਾਈ ਸਾਹਿਬ ਨੂੰ, ਫਿਰ ਵੀ ਭਾਈ ਸਾਹਿਬ ਨੇ ਸਿਰਫ ਉਹਨਾਂ ਦਾ 10% ਪ੍ਰਭਾਵ ਕਬੂਲਿਆ ਆ, 90% ਪ੍ਰਚਾਰ ਇਸ ਸਮੇਂ ਵੀ ਬਿਲਕੁਲ ਸਹੀ ਹੋ ਰਿਹਾ, 10% ਗੱਲਾਂ ਗਲਤ ਹੋਈਆਂ ਨੇ। ਭਾਈ ਸਾਹਿਬ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ, ਭਾਈ ਹਰਨਾਮ ਸਿੰਘ ਧੂਮੇ ਦਾ ਵਾਰ ਵਾਰ ਨਾਂ ਲੈ ਕੇ ਉਹਨਾਂ ਨੂੰ ਟੋਰਚਰ ਕਰਕੇ ਇਹਨਾਂ ਨੂੰ ਇਹਨਾਂ ਤੋਂ ਗੱਲਾਂ ਕਹਾਈਆਂ ਗਈਆਂ ਨੇ। ਸੋ ਬੇਨਤੀ ਆ, ਵਿਰੋਧ ਨਾ ਕਰੋ, ਵਿਚਾਰ ਕਰੋ, ਆਪਾਂ ਸਾਰੇ ਭਾਈ ਹਾਂ, ਟਕਸਾਲੀ ਵੀ ਮੇਰੇ ਵੀਰ ਨੇ, ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਮੇਰੇ ਵੀਰ ਨੇ, ਵੱਡੇ ਭਾਈ ਨੇ, ਅਤੇ ਇਹ ਤੋਂ ਇਲਾਵਾ ਵੀਰ ਜਸਵਿੰਦਰ ਸਿੰਘ ਅਮੈਰੀਕਾ ਤੋਂ, ਉਹਨੇ ਵੀਰ ਜੀ ਨੇ ਬੜਾ ਪ੍ਰਚਾਰ ਕੀਤਾ ਇਸ ਸੰਬੰਧੀ, ਜੋ ਭਾਈ ਰਣਜੀਤ ਸਿੰਘ ਜੀ ਤੋਂ ਜੋ ਗੱਲਾਂ ਜੋ ਬਿਆਨਬਾਜ਼ੀਆਂ ਗਲਤ ਹੋਈਆਂ ਨੇ। ਸੋ ਮੇਰੀ ਭਾਈ ਜਸਵਿੰਦਰ ਸਿੰਘ ਜੀ ਨੂੰ ਵੀ ਬੇਨਤੀ ਆ ਕਿ ਵੀਰ ਜੀ ਆਪਾਂ ਜੋ ਗੱਲ ਕਰਨੀ ਆ ਉਹਨੂੰ, ਤੁਸੀਂ ਬਹੁਤ ਵਧੀਆ, ਤੁਹਾਡਾ ਗਿਆਨ ਬਹੁਤ ਆ ਤੁਹਾਨੂੰ, ਪਰ ਆਪਾਂ ਜਿਵੇਂ ਹੁਣ ਮੈਂ ਵੀ ਗੱਲ ਕਰ ਰਿਹਾ, ਆਪਾਂ ਵੀਰ ਭਾਈ ਕਹਿ ਕੇ ਗੱਲ ਕਰੀਏ ਉਹਨੂੰ, ਆਪਣੇ ਨਾਲ ਆਪਣੀ ਬੁੱਕਲ 'ਚ ਲੈ ਕੇ ਗੱਲ ਕਰੀਏ, ਵੀਰ ਭਾਈ ਕਹਿ ਕੇ ਸਮਝਾਈਏ, ਕਿਉਂਕਿ ਗਲਤ ਬੰਦਿਆਂ ਦੀ ਜੁੰਡਲੀ ਵਿੱਚ, ਮੈਂ ਵੀ ਕੱਲ੍ਹ ਨੂੰ ਯਾਰ ਗਲਤ ਬੰਦਿਆਂ 'ਚ ਬੈਠ ਕੇ ਮੈਂ ਵੀ ਗਲਤ ਹੋ ਸਕਦਾ, ਅਤੇ ਪੰਥ ਦਾ ਜੋ ਫੈਸਲਾ ਹੋਊਗਾ ਮੈਂ ਪ੍ਰਵਾਨ ਕਰੂੰਗਾ, ਜਿਵੇਂ ਤੋਂ ਗਲਤੀ ਹੋਊਗੀ ਮੈਂ ਮਾਫ਼ੀ ਮੰਗੂੰਗਾ, ਮਾਫ਼ੀ ਮੰਗਣੀ ਸਾਡਾ ਫਰਜ਼ ਬਣਦਾ, ਅਸੀਂ ਰੱਬ ਥੋੜ੍ਹੀ ਹਾਂ ਜੇ ਕਿਤੇ ਗਲਤ ਹੋ ਗਈ, ਪਰ ਆਪਣੇ ਭਾਈਆਂ ਨੂੰ ਧੱਕੇ ਨਾ ਮਾਰੋ, ਗਲ ਨਾਲ ਲਾਓ, ਪੰਥ ਵਿੱਚ ਪਹਿਲਾਂ ਹੀ ਬਹੁਤ ਖਲਾਰਾ ਪਿਆ ਹੋਇਆ, ਇਕੱਠੇ ਰਹੋ, ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ, ਬਸ ਖਿਆਲ ਰੱਖਿਓ ਕਿ ਬੰਦੇ ਕੱਲ੍ਹ ਨੂੰ ਕਿਤੇ ਅਕਾਲ ਤਖਤ ਸਾਹਿਬ ਤੋਂ ਤੁਹਾਡੇ ਖਿਲਾਫ ਹੁਕਮਨਾਮਾ ਨਾ ਜਾਰੀ ਕਰਾ ਦੇਣ, ਜੋ ਪੰਥ ਦੁਖੀ ਨੇ ਉਹਨਾਂ ਤੋਂ ਪਰੇ ਹੋ ਜਾਓ, ਅਸੀਂ ਨਾਲ ਖੜੇ ਹਾਂ ਤੁਹਾਡੇ। ਅਤੇ ਜੋ ਟਕਸਾਲ ਵਾਲੇ ਵੀਰ ਨੇ ਉਹਨੂੰ ਬੇਨਤੀ ਆ ਕਿ ਆਪਣੇ ਵੀਰ ਨੂੰ ਬੁੱਕਲ 'ਚ ਰਹਿ ਕੇ ਗੱਲ ਕਰੋ, ਧੱਕੇ ਨਾ ਮਾਰੋ, ਫਿਰ ਬੰਦਾ ਹੋਰ ਹਰਖ ਵਿੱਚ ਆ ਜਾ, ਫਿਰ ਕਹਿ ਲਓ ਗੁੱਸੇ ਵਿੱਚ ਆ ਕੇ ਬੰਦਾ ਨਾ, ਫਿਰ ਜਾਣਦਾ ਹੋਇਆ ਵੀ, ਸਾਰਾ ਕੁਝ ਜਾਣਦਾ ਹੋਇਆ ਵੀ ਬੰਦਾ ਫਿਰ ਗਲਤ ਬੋਲਣ ਲੱਗ ਜਾਂਦਾ ਹੁੰਦਾ ਆ। ਸੋ ਹਜੇ ਵੇਲਾ ਹੈਗਾ, ਵੇਲਾ ਖਰਾਬ ਨਾ ਕਰੋ, ਸਾਂਭ ਲਓ, ਠੀਕ ਆ ਜੀ, ਬਹੁਤ ਬਹੁਤ ਧੰਨਵਾਦ। ਅਤੇ ਜੋ ਆਪਣਾ ਵੀਡੀਓਜ਼ ਲੜੀਵਾਰ ਚੱਲ ਰਹੀਆਂ ਨੇ ਕਰਮ ਚੱਕਰ ਦੇ ਸੰਬੰਧ ਵਿੱਚ, ਮੈਂ ਐਤਵਾਰ ਨੂੰ ਵੀਡੀਓ ਪਾਊਂਗਾ, ਸਮਾਂ ਤੁਹਾਨੂੰ ਦੱਸ ਦੂੰਗਾ ਕਿਹੜੇ ਵੇਲੇ ਲਾਈਵ ਹੋਊਂਗਾ। ਅਤੇ ਜੋ ਲੱਚਰਤਾ ਆ ਉਹਦੇ ਖਿਲਾਫ਼ ਆਪਾਂ ਨੇ ਹੁਣ ਖੁਦ ਮਿਊਜ਼ਿਕ ਇੰਡਸਟਰੀ ਦੇ ਵਿੱਚ ਐਂਟਰੀ ਮਾਰਨੀ ਆ, ਛੇਤੀ ਹੀ ਨਵੇਂ ਟਰੈਕ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਜੀ, ਲੱਚਰਤਾ ਦਾ ਲੱਕ ਤੋੜ ਕੇ ਰਹਾਂਗੇ, ISF ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।